Alcohol consumption is injurious to health. शराब पीना सेहत वास्ते हानिकारक है. वेरी गुड. कदे सोचा ही नहीं सी कि चक्की भी इंजन से चल सकती है. मशीनरी नाल वावा इश्क लगता तेरा. बस जी इस इश्क दा मारा दा जेल च बैठा जी. वैसे कदे कदे मथा मार लीदा जी मशीना नाल. वैसे एक माल कीता किदा चनण सिया. हां जनाब भी बहुत बड़ा काम नेगा जी. बस आ चक्की दे उपरले पुट च पुली ठोक के नाल निक्की शाफ्ट पाती ते ओ निक्की शाफ्ट नु ओ बाहरली शाफ्ट गेट दे जनाब. उस तो बाद जी इंजन दे चक्कर वध होण करके मैं शाफ्ट दी पुली वड्डी करती ते इंजन दी पुली छोटी करती जनाब. जरनैल सिंह जी जनाब. मुंडा दिमागी है जी. एदे वास्ते दुध ते आंडा दी वखरी खुराक ला दियो. नाले जनाब हुण हफ्तियां दा काम घंटियां हो जाया करना. बिल्कुल. एक गल होर, जेल दे मुख गेट कोल एक पुराना कारखाना है जिहदे च अंग्रेजां दे वेले दी मशीनरी पई है जिहड़ी हुण कबाड़ तों इलावा कुछ भी नहीं. तूं उत्थे जाया कर जे कोई चीज वरतों च आ सके. ते हां, जे किसी चीज की लोड़ पई तो भी मुहैया करा दी जाएगी. जरनैल सिंह जी जनाब. पहुंचा दियो भाई मुंडे नूं कारखाने च. शाबाश जवाना. दीवान जी, अपनी पुलिस फोर्स नु कोई नवे मोटरसाइकिल अलॉट होया? सरकार इंज लगदा जिवें किसी ने देसी जुगाड़ लाके बनाया होवे. फिर तां देखना पऊ. चल भी जवान.
ਨਾਲ ਨਾ ਖੋਜ ਠੀਕ ਹੈ ਤਾਇਆ ਤੁਹਾਨੂੰ ਕੁਝ ਚਾਹੀਦਾ ਹਾਂਜੀ ਹਾਂ ਮੈਂ ਸਦਕੇ ਜਾਵਾ ਮੈਂ ਆਪਣੇ ਦਿਓਰ ਦੇ ਕਿੱਧਰ ਚੱਲਾਂ ਕੁਛ ਨੀ ਭਾਬੀ ਉਹ ਜੁੱਤੀ ਪਈ ਸੀ ਅੰਦਰ ਜੁੱਤੀਆਂ ਤਾਂ ਬਾਹਰ ਵੀ ਬਥੇਰੀਆਂ ਪਈਆਂ ਨੇ ਚਾਹੀਦੀਆਂ ਤੇ ਦੱਸ ਹੁਣੇ ਲਿਆ ਕੇ ਦਿੰਨੀ ਆ ਨਹੀਂ ਭਾਬੀ ਮੈਂ ਜੁੱਤੀ ਕੀ ਕਰਨੀ ਭਲਾ ਨੰਗੇ ਪੈਰੀ ਕਿਹੜਾ ਕਜਿਆ ਪੈਂਦਾ ਨੈਣ ਆਈ ਬੈਠੀ ਆ ਤੇਰੀ ਵੋਟੀ ਦੇ ਕੋਲ ਜਦੋਂ ਜਾਊ ਮੈਂ ਤੈਨੂੰ ਆਪ ਹੀ ਦੱਸ ਦੂ ਭਾਬੀ ਉਹ ਕਿਹੜਾ ਨੂੰ ਅੰਦਰ ਬੈਠੀ ਕਰੋਸ਼ੀਆ ਸਿਖਾਉਂਦੀ ਆ ਉਹਨੂੰ ਲਾਕ ਫੜਾ ਤੇ ਬਾਹਰ ਕੱਢ ਤੂੰ ਨਾ ਜਾ ਉਧਰ ਨਹੀਂ ਤਾਂ ਮੈਂ ਬੇਬੇ ਨੂੰ ਦੱਸ ਦੂ ਹੁਣੇ ਓ ਇੱਧਰ ਵੀ ਆ ਜਾ ਸਾਡੇ ਨਾਲ ਵੀ ਬਹਿ ਜਾ ਖਾ ਪੀ ਲੈ ਕੁਛ ਕਿਉਂ ਐਵੇਂ ਵਿਆਹ ਦੇ ਚੌਚ ਭੁੱਖਾ ਮਰੀ ਜਾਣਾ ਉਹ ਮੈਂ ਨਹੀਂ ਖਾਣੀ ਯਾਰ ਓਏ ਹੋਰ ਨਹੀਂ ਤਾਂ ਕੌੜਾ ਮੂੰਹ ਹੀ ਕਰ ਲੈ ਓ ਸ਼ਰਮ ਕਰ ਲੋ ਮਾੜੀ ਮੋਟੀ ਕੱਲ ਤੜਕੇ ਦੇ ਆਨੰਦ ਹੋਏ ਵੇ ਮੇਰੇ ਕੋਲ ਬਹਿਣਾ ਦੂਰ ਦੀ ਗੱਲ ਸੱਤ ਕ ਸੱਤ ਵੀ ਨਹੀਂ ਹੋਈ ਸਾਲੇ ਤੁਹਾਨੂੰ ਦਾਰੂ ਝੋਲ ਸੰਦੀ ਪਈ ਆ ਤਾਹੀਂ ਤਾਂ ਕਹਿਣਾ ਵੀ ਦੋ ਕੰਗਣੀ ਵਾਲੇ ਸਿੱਟ ਲੈ ਤੇ ਵੜ ਜਾ ਸਿੱਧੇ ਹੀ ਅੰਦਰ ਉਹ ਤੁਸੀਂ ਮੈਨੂੰ ਬੇਬੇ ਤੋਂ ਡਾਂਗਾਣਾ ਪਵਾ ਦਿਓ ਯਾਰ ਮੈਨੂੰ ਲੱਗਦਾ ਸਾਡੇ ਮੇਲ ਦੇ ਗਾਉਣ ਵਜਾਉਣ ਨੇ ਮੇਰੀ ਅੱਜ ਵੀ ਗੱਲ ਨਹੀਂ ਬਣ ਦੇਣੀ ਫੜ ਲੋ ਬੋਲ ਹਿਸਾਬ ਲਾਇਆ ਸਾਡਾ ਅੰਗ ਸਾਕ ਵੀ ਵਿਹਲੇ ਆ ਬਈ ਬਈ ਵਿਆਹ ਹੋ ਗਿਆ ਵਹੁਟੀ ਘਰੇ ਆ ਗਈ ਚੱਕੋ ਭਾਜੀ ਹੋ ਜਾਓ ਪਿੰਡੋ ਪਿੰਡੀ ਉਹ ਗਿੱਦੜ ਦੀ ਕਾਲ ਨਾਲ ਬੇਰ ਨਹੀਂ ਪੱਕਦੇ ਹੁੰਦੇ ਕਾਕਾ ਜੀ ਮੈਨੂੰ ਤਾਂ ਇਹ ਲੱਗਦਾ ਤੁਹਾਡਾ ਕੋਟੀ ਝਾੜ ਜਾ ਵੀ ਇੱਥੇ ਹੀ ਮੁਕਾ ਕੇ ਜਾਣਗੇ ਉਹ ਚੰਨਣ ਭਰਜਾਈ ਵੇਖਣ ਨੂੰ ਕਿਵੇਂ ਲੱਗਦੀ ਓਏ ਮੈਨੂੰ ਕੀ ਪਤਾ ਯਾਰ ਮੈਂ ਕਹਾਂ ਉਹਦੇ ਨਾਲ ਡੋਲੇ ਚ ਬਹਿ ਕੇ ਆਇਆ ਸੁੱਖ ਭਾਬੀ ਦੱਸਦੀ ਸੀ ਵੀ ਰੰਗ ਦੀ ਤਸਲੇਰੀ ਹੈ ਮੈਂ ਨਕਸ਼ਾ ਦੀ ਧਨੀ ਹੈ ਬਾਈ ਮੈਂ ਨਕਸ਼ਾ ਦੀ ਤਾਂ ਉਹ ਵੀ ਧਨੀ ਹੈ ਜਿਹੜੀ ਨਾਲ ਆਈ ਹੈ ਮੈਂ ਤਾਂ ਉਹ ਵੀ ਨੀ ਦੇਖੀ ਯਾਰ ਲੈ ਤੇਰੇ ਨਾਲ ਤਾਂ ਫਿਰ ਅਸੀਂ ਵਧੀਆ ਰਹਿ ਗਏ ਓਏ ਤੂੰ ਐਵੇਂ ਦਿਮਾਗ ਤੇ ਬੋਝ ਨਾ ਪਾ ਰੋਟੀ ਨੂੰ ਬਾਜ ਪੈਣ ਵਾਲੀ ਹੋਈ ਹੈ ਉਹ ਪਾਲੀ ਕਿੱਥੇ ਰਹਿ ਗਿਆ ਕਿਉਂ ਕਾਕਾ ਜੀ ਅਸੀਂ ਪੰਡ ਧੋਨੇ ਐਡਾ ਕੁ ਲੱਕੜ ਦਾ ਲਾ ਹੀ ਲਈਦਾ ਪੁੱਤ ਪਰਨਾਇਆ ਕੋਈ ਮਾੜੀ ਮੋਟੀ ਗੱਲ ਹੈ ਯਾਰ ਫੜ ਲੈ ਪੂਛ ਲੱਖਣ ਦੀ ਲੱਗਦਾ ਨੈਣ ਵਾਲਾ ਗੁੱਸਾ ਚ ਤੇਰ ਤੇ ਨਿਕਲੂ ਕੱਦੂ ਆ ਜਾ ਬੋਲੀ ਤੂੰ ਤਾਂ ਦੇਖਿਆ ਚੰਨਨ ਸਿੰਘ ਨੂੰ ਕਿਹੋ ਜਿਹਾ ਲੱਗਦਾ ਬਥੇਰਾ ਸੋਹਣਾ ਗੱਭਰੂ ਜਵਾਨ ਮੇਰਾ ਮਤਲਬ ਕੋਈ ਕੱਚ ਕੁਛ ਤਾਂ ਨੀ ਹੈਗਾ ਉਹ ਹੋ ਪੱਕੋ ਭੈਣ ਸੁਖੀ ਸੰਦੀ ਕਾਹਨੂੰ ਹੋਵੇ ਕੋਈ ਕੱਚ ਕੁਛ ਅੱਖਾਂ ਦੇਖਿਆ ਸੀ ਸਮਾਰ ਕੇ ਟੀਰ ਤਾਂ ਨੀ ਪੈਂਦਾ ਨਾ ਜੇ ਟੀਰ ਪੈਂਦਾ ਵੀ ਹੋਇਆ ਹੁਣ ਦੱਸ ਕੀ ਕਰ ਲਾਂਗੇ ਐਵੇਂ ਨਾ ਵਹਿਮ ਜੇ ਕਰਿਆ ਕਰ ਬਥੇਰਾ ਸੋਹਣਾ ਹੈ ਪ੍ਰਾਹੁਣਾ ਹਾਂ ਬਸ ਥੋੜਾ ਵੇਖਣ ਨੂੰ ਵੈਲੀ ਐਬ ਵੀ ਲੱਗਦਾ ਹਾਏ ਮੈਂ ਮਰ ਜਾ ਦੋ ਚਾਰ ਵਾਰੀ ਥਾਣੇ ਕਚੇਰੀ ਵੀ ਹੋਇਆ ਆ ਹਾਏ ਕੀ ਕਹਿੰਨੀ ਆ ਕਿੰਨੇ ਦੱਸਿਆ ਤੈਨੂੰ ਦੱਸ ਉਹ ਨੀ ਮੁਖੌਲ ਕਰਦੀ ਆ ਬਥੇਰਾ ਸਾਊ ਹੈ ਬਾਪੂ ਜੀ ਨੇ ਐਵੇਂ ਥੋੜੀ ਨਾ ਰਿਸ਼ਤਾ ਤੇ ਕਰਤਾ ਮਖੌਲ ਜੇ ਨਾ ਕਰੀ ਜਾ ਬੋਲੀ ਮੇਰੇ ਤਾਂ ਪਹਿਲਾਂ ਹੀ ਹੱਥ ਪੈਰ ਠੰਡੇ ਪਈ ਜਾਂਦੇ ਆ ਅੱਛਾ ਜੀ ਨਾ ਫਿਰ ਆਜੂਗਾ ਚੰਨਣ ਸਿਓ ਕਹਿ ਦੀ ਤਲੀਆਂ ਚਸ ਦੂਗਾ ਆ ਤੇਰੇ ਵਾਲੀ ਬੇਬੇ ਕਿਤੇ ਨੱਚ ਨੱਚ ਕੁੱਤੀਆਂ ਨਾਲ ਵੱਟ ਦੇ ਧਰਤੀ ਬਸ ਕਰ ਤੇਰੀਆਂ ਬੋਲੀਆਂ ਨਾਲ ਢਿੱਡ ਨਹੀਂ ਭਰਨਾ ਓਏ ਅੰਗਾ ਸਾਕਾਂ ਨੂੰ ਮੰਨੀਆਂ ਵੀ ਖਵਾਦੇ ਚਾਰ ਨੀ ਸ਼ੁਕਰਿਆ ਨੀ ਸੁੱਖੋ ਇਹਨਾਂ ਰੋਟੀ ਦਾ ਚੇਤਾ ਆਇਆ ਮੈਂ ਤਾਂ ਸੋਚਿਆ ਅੱਜ ਸ਼ਰਾਬ ਨਾਲ ਸਾਰ ਨਾਲ ਚੱਲਣ ਨੀ ਆ ਕਰ ਲੋ ਤਿਆਰੀ ਹੋ ਲੰਘ ਜਾ ਹੁਣ ਮੌਕਾ ਹੈ ਚਾਹਵਾਂ ਬਈ ਹੋਰ ਹੁਣ ਪਤਾਸੇ ਡੀਕਦਾ ਹੈ ਉਹ ਬੱਲੇ ਬਣ ਗਿਆ ਸ਼ੇਰ ਬਈ ਸ਼ਾਬਾਸ਼ ਜਾਂਦਾ ਬਈ ਪਹਿਲਾ ਪਾਉਂਦਾ ਹੋਰ ਵਾਂਗੂ ਮੈਣੀ ਪੀਤੀ ਨਹੀਂ ਹਾਂ ਇੱਕੋ ਲਾਇਆ ਸੱਚ ਪਹਿਲਾਂ ਕਰਾਇਆ ਨਹੀਂ ਨਾ ਜੀ ਕਦੇ ਵਿਆਹ
जे मंजूरी मिले तो तेरे रूप लई दो बोल कह ला। दस कहा मिल गई मंजूरी। वही लिस्टर इंजन दे फ्लाई व्हीलर का गोल मूह, वही पिस्टन अर्गा लिशकदा होया मथा, जमा बुश अर्गियां गोल गोल अखा, वही करारी ते दंद्यार गे पतले पतले फुल। समझ आ गई? मैनू भी नहीं आई। मैनू पता सी तू एहो जी होना, मैनू तेरी उड़ीकां सी। मेरे नेक कर्म जाके जेड़ा तू मेरे घर आई, रब सच्चे ने मेरी सालची सन ली। वह हले पिछले माघी दे मेले ते तां सुख सुखी सी, मैं सुखिया सी वी मेरी घर वाली एहो जी होवे जिहनूं इक्को वारी वेंदिआं उमरां दा राज हो जाए। पक्को तेनू किन्नी वारी समझाया धीए इना गोरिया नाल ना खेड़िया कर, इना गोरिया दी कदर तो गोरे रंग ने पा देनी है, पुत तेरी कदर ता तेरे कम ने पानी है, कर्मा मारिए। ओए की होया, की सोचन लगी? तेनू मेरी गल्लां दा यकीन नहीं ना आउंदा होना। मैनू मेरी किस्मत ते यकीन नहीं आउंदा पिया, पर सच जानी तू मैनू मिली ਇਦਾਂ ਲੱਗਦਾ ਜਿਵੇਂ ਭਾਦੋਂ ਦੀ ਦੁਪਹਿਰੇ ਨਾ ਮਾਘ ਮਹੀਨੇ ਦੀ ਸ਼ੀਤ ਲਹਿਰ ਚੱਲਦੀ ਹੋਵੇ। ਭਲਾ ਰਾਤ ਮੈਂ ਕਿਵੇਂ ਦੀ ਲੱਗਦੀ ਸੀ? ਸੋਹਣੀ ਲੱਗਦੀ ਸੀ। ਚੰਗੀ ਤਰ੍ਹਾਂ ਦੱਸ ਬੋਲੀ। ओहो, बंदा जिन्ना खाव दी चेरी मोरे दी साब नाल जाच सकदा है, ओना के जाच दी सी। तू कदे कोई गल साफ साफ ना करी ना पक्को बन हुण मैं की ओला रखया। सिद्धा कह दे वी नहीं सी सोहनी लगदी। सोहनी लगदी सी पर ओ ना सम्मी बहन वाली गल जी नहीं बनी। ए भी कोई गल बनी, सम्मी भैन ते मेरा की मुकाबला? किथे सम्मी भैन किथे मैं। ओहो पक्को हुण सोहने पण दी कोई गिनती मिनती तां हुंदी नहीं। जो मैं तेनू मिण के दसदा तू दो गज सोहनी सी के चार गज, हां किसी ने किसी नाल तां मेल के दसना होया ना। रहण दे गल्लां नूं तो तू बियां वरगियां, इत्थे आउण दा तां मैनूं तेरा आने दा फायदा नहीं। वैसे मैं सुनिया कि कुड़ियां दे चेहरे ते ब्याह तों बाद होर वी निखार आ जांदा। पोचा जिहा ना मार, हुण बीजी ने जिवें जिवें जमती ठीक आ। मकलावा हो गया, ब्याह हो गया, सोहनी लगी नहीं लगी कोई गल। ਕਹਿਣਿਆਂ ਦੀ ਲੋੜ ਤਾਂ ਹੈ ਨਹੀਂ ਸੀ, ਤੂੰ ਤਾਂ ਆਪ ਰਾਣੀ ਹਾਰ ਆ। ਇਧਰਾ ਗੱਲ ਸੁਣ, ਉਹ ਗੱਲ ਸੁਣ, ਉਡਰੀ ਤੈਂ ਚਾਹੁੰਦੀ ਆ ਜਿਵੇਂ ਚਾਰ ਸਿੰਘਾਂ ਵਾਲਾ ਬੋਕ ਦੇਖਦਾ ਹੁੰਦਾ ਤੂੰ। ਇਧਰਾ ਗੱਲ ਸੁਣ, ਆਹ ਤੇਰੇ ਲਈ ਗੁੜ ਲੈ ਕੇ ਆਇਆ, ਉਹ ਤਾਏ ਭਗਵਾਨ ਉਹਨਾਂ ਦੇ ਖੂਹ ਤੇ ਨਾ ਕਲਾੜੀ ਚੱਲਦੀ ਸੀ। ਨਾਲੇ ਗੱਲ ਦੱਸਾਂ, ਮੈਂ ਤੈਨੂੰ ਜਿੰਨੀ ਵਾਰੀ ਵੇਖਦਾ ਨਾ ਤੂੰ ਮੈਨੂੰ ਪਹਿਲਾਂ ਨਾਲੋਂ ਹੋਰ ਸੋਹਣੀ ਲੱਗਦੀ ਹੈ। ਵੇਖ ਹੁਣ ਤੂੰ ਮੈਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੋਹਣੀ ਲੱਗਦੀ ਹੈ। ਹੱਥ ਛੱਡੋ, ਕੋਈ ਦੇਖ ਲੂਗਾ। ਮੈਂ ਆਪਦੀ ਜਨਾਨੀ ਦਾ ਹੱਥ ਫੜਿਆ, ਹੁਣ ਤੇ ਭਾਵੇਂ ਰੱਬ ਵੀ ਆ ਜੇ ਆਪਾਂ ਨੂੰ ਕੋਈ ਫਿਕਰ ਨਹੀਂ। ਓ
कदे करे फिर सरदार चरण सिंह नूं अपनी गल्लां तों मुकरना ही पैंदा है। आ फड़ लियो जी। किया ले ए परौणे ने तां गुड़ नाल ही सारता है। सरदार रेशम सिंह ने तां इहो जे मौके ते मोतियां दा हार रखता सी सम्मी दे अगे। जवाब देना ना देना अफसर की मर्जी। चलो शाबाश गड्डी आ रही है, काम करो आपका। सत श्रीकाल सर जी। सर जी दिल्ली वाली ट्रेन किन्ने बजे जानी है? जानी नहीं आनी है, जानी है। फिर भी दसदा सही किन्ने बजे आनी है? अच्छा तेन मैं दस दू, आप ट्रेन कल लागे सुन, देख किन्ने बजे आनी है। की गल्लां करदे पए सरदार जी, इस तरह ट्रेन साडे उत्ते चढ़ जानी है। 50 वारी तू ट्रेन ते चढ़िया हैगा, एक करी जे तेरे ते चढ़ जू ट्रेन की फर्क पैंदा है? गल्लां करदे आ आजू की चढ़ जो। दाजी सर तो बहुत कब्बा है। बेबे रोटी मैं लहोनिया। भाई बीबा तू जाके मेरे द्योर कोल बह जा, ओदे कल्ला बैठा। काउड कबूतर उड़ मज उड़। ओ पुत्रा जे मज उड़ किते दूध कितो पियांगे। कुड़िए इंज थोड़ा तेनू रोटियां पकाउन ला दांगे। पूरे शगना व्यारा नाल पहला दर तो मिठे चौल बनवावांगे। सारा शरीका सद्दू मैं अपना, सारी जिंदगी काम ही करना जनानी ने। पर बीजी ता कहंदे सी सौरे जाके जिन्ना काम करोगे मान इज्जत मिलू। इस घर च सारे दा मान इज्जत है। ओ वेख चन्नण सारी दिहाड़ी कख नहीं करदा, पूरी इज्जत मान है ओदी घर दे विच। ओए ओ नहीं नहीं आ जा। बेबे लिया रोटी। ले आई पुत वे। चल कुड़े आखरी पूर रह गया, तू ला दे। ला दिनी है बेबे, हुणे ला दिनी। आ फड़ चल आ धीए। दो रख दा। हां जी दो रख दो। चन्नणा हाँ? रोटी लेवा पुत तेरे लिए भी? नहीं बेबे बहुत ही भूख ते है नहीं गी। अच्छा चल तेरे बापू जी नु खवा दे। पानी ले आदा। होके पानी दा की पीना है वाले भला के नहीं पुत्र। फिर कच्ची लस्सी ले आ दिनी आ। ओए तू मेरी चिंता ना करया कर, तू तो इको तक मेरे अल वेखे, मेनू तो भी ठंड पै जांदी है। चाची मैं भी लस्सी पीनी है। खड़ जा पुत्रा, परमिंदर करे जी ते करदे वे तेरे लिए रांझा बन जा। पर उदो ते 500 भरा भी हैगे ही जिन्हां पिछो डंगर बच्चा सांभ लिया ही। मेरा ते सुख ना भरा भी इको आ, इतों ते पैरां पर बह के धारवी नहीं निकलदी। ओ बस जवाक कोल बैठा। हां पुत्र ढा दो मच्छा। पुत्र की करना, हां ठीक आ। ਲੈ ਵੀ ਮਕਰ ਸਿਆ ਬਹੁਤ ਬਹੁਤ ਧੰਨਵਾਦ ਵੀਰ। ਲੈ ਧੀਰਿਆ ਪਾਤ ਵੇਖੀ ਗੱਲ ਸੁਣੋ ਖਰਜੋ ਆ ਕੁਆੜ ਕਿੱਥੋਂ ਚੱਕ ਲਿਆ। ਇਹ ਬਾਪੂ ਜੀ ਧੀਰਿਆ ਨਾ ਕਰੋ, ਲੈ ਕੇ ਇੰਜਣ ਦੋ ਕੁ ਦਿਨਾਂ ਵਾਸਤੇ ਮੰਗਵਾ। ਪਰ ਕਾਹਦੇ ਵਾਸਤੇ? ਕੁਛ ਨੀ, ਇਹਨੂੰ ਨਾ ਉਹ ਤਖਤ ਪੋਸ਼ ਤੇ ਰੱਖ ਕੇ ਨਾ ਇੱਕ ਪੁਲੀ ਪਾ ਕੇ ਨਾਲ ਨਾਲ 4 ਰੁਪਏ ਲਾ ਕੇ ਬਣਾਉਣੀ ਸੀ ਲਾਰੀ ਜੀ, ਬਣਾਉਣੀ ਲਾਰੀ ਜੀ। ਉਹ ਜਾਏ ਕੁਰੇ ਉਰੇ ਹੀ ਭੱਜ ਕੇ। ਕੀ ਹੋ ਗਿਆ? ਤੜਾਕਾ ਕੱਟ ਕੇ ਰੱਖਤਾ ਮੇਰਾ, ਮੇਰੇ ਭਾਵੇਂ ਗੁੱਠੇ ਦਾ ਗਾਟਾ ਲੈ ਜਾਂਦਾ। ਨਹੀਂ ਤੂੰ ਮੈਨੂੰ ਆਏ ਦੱਸ, ਐਡਾ ਪਾਪ ਕਾਹ ਤੋਂ ਕਮਾਇਆ? ਕੀ ਕਰਤਾ ਮੈਂ ਹੁਣ?
ਡੰਗਰ ਦਿਮਾਗ ਮੁੰਡਾ ਜੰਮ ਕੇ ਧਰਤੀ ਦੇ ਬੋਝ ਪਾਤਾ, ਆਖੇ ਕੀ ਕਰਤਾ ਮੈਂ ਹੁਣ? ਹੁਣ ਕੀ ਨਵਾਂ ਚੰਦ ਚੜਾਤਾ ਮੇਰੇ ਚੰਨ ਨੇ? ਤੇਰਾ ਚੰਨ ਆਏ ਸੀ ਇੰਜਣ ਨਾਲ ਆਪਣੀ ਘਰ ਦੀ ਲਾਰੀ ਬਣਾਉਣ ਨੂੰ ਫਿਰਦਾ, ਉਹ ਲੋਕਾਂ ਨੂੰ ਸਰਕਾਰੀ ਲਾਰੀਆਂ ਚੜਨਾ ਨਸੀਬ ਨੀ ਹੁੰਦਾ। ਚੰਨ ਜਮਾ ਵਾਜਾ ਹੋ ਗਿਆ ਪੁੱਤ, ਤੂੰ ਕੀ ਆ ਨਵੀਆਂ ਘਾੜਤਾ ਘੜਦਾ ਰਹਿੰਦਾ? ਓਏ ਜੇ ਤੇਰੇ ਵਰਗਾ ਜਣਾ ਖਣਾਈ ਆਪਣੀ ਘਰ ਦੀਆਂ ਲਾਰੀਆਂ ਬਣਾਉਣ ਲੱਗ ਗਿਆ ਨਾ, ਤਾਂ ਫਿਰ ਦਿੱਲੀ ਕਲਕੱਤੇ ਵਾਲੇ ਜਮਾ ਵਿਹਲੇ ਹੋ ਜਾਣਗੇ। ਸਹੀ ਗੱਲ ਹੈ ਜੀ। ਕੀ ਸਹੀ ਗੱਲ ਓਏ, ਤੂੰ ਵੀ ਤਾਂ ਉਹਦੇ ਨਾਲ ਹੀ ਤੁਰਿਆ ਫਿਰਦਾ? ਅਜੀ ਚਾਰ ਕਿਲੋ ਤਾਂ ਬੜੇ ਹੌਸਲੇ ਨਾਲ ਤੁਰਿਆ ਫਿਰਦਾ ਸੀ, ਮੈਨੂੰ ਲੱਗਿਆ ਖੋਰੇ ਕਿਹੜੀ ਨਵੀਂ ਕਾਢ ਕੱਢੂ। ਓ ਜਾ ਕੇ ਆਪਣੇ ਘਰ ਦੇ ਨਾਲ ਕੋਈ ਕੰਮ ਕਰ ਚੁੱਕਿਆ ਨਾ ਖਾਲੀ ਮੈਥੋਂ ਕਾਢ ਕੱਢੂ ਇਹ। ਓ ਤੇਰਾ ਬੜਾ ਭਾਈ ਖੇਤਾਂ 'ਚ ਕੱਲਾ ਖੋਜਣਦਾ, ਜਾ ਕੇ ਉਹਦੇ ਨਾਲ ਕੰਮ ਕਰਾ ਲੈ ਕੋਈ। ਮੇਰਾ ਲਹੂ ਪੀਣ ਨੂੰ ਜੰਮੀ ਲਾ ਦੇ, ਬਣਾਊਗਾ ਇਹ ਲਾਰੀ। ਚੰਨ ਤੂੰ ਸੱਚੀ ਲਾਰੀ ਬਣਾਉਣ ਲੱਗਾ? ਆਹੋ ਬਣ ਜੂ, ਬਣ ਜੂਗੀ ਸਦਕੇ ਫੜਾ ਫੜਾ। ਲੱਸੀ ਕਿਆ ਸੁਣ ਲਈ ਆਪਣੇ ਘਰ ਵਾਲੇ ਦੀਆਂ ਸਿਫਤਾਂ? ਮੈਂ ਸੱਚੀ ਕਹਿਣਾ ਬਣਾ ਮੈਂ ਸਕਦਾ, ਸਮਝਾ ਨਹੀਂ ਸਕਦਾ ਇਹਨਾਂ ਨੂੰ। ਕੰਨ ਸੁਣਦੇ ਨੇ ਵੀ ਮੈਂ ਨਿਆਣੇ ਨਾਲ ਵਿਆਹੀ ਗਈ, ਪਰ ਦਿਲ ਕਹਿੰਦਾ ਵੀ ਮੇਰੇ ਕੰਨ 'ਚ ਜਿੰਨਾ ਸਿਆਣਾ ਕੋਈ ਨੀ। ਮੇਰੀਆਂ ਇਹਨਾਂ ਕਮਲੀਆਂ 'ਚ ਮੇਰੀ ਡੂੰਘੀ ਸਿਆਣਪਾ, ਜਿਵੇਂ ਤੇਰੇ ਸਲੇਹਰੇ 'ਚ ਰੰਗ 'ਚ ਤੇਰਾ ਸੋਹਣਾ ਜਿਹਾ ਰੂਪ। ਹੋ ਮੇਰੀ ਗੱਲ ਤਾਂ ਸੁਣ ਯਾਰ, ਮੈਂ ਜਦੋਂ ਵੀ ਤੇਰੀ ਸਿਫਤ ਕਰਦਾ ਤੂੰ ਪਾਸਾ ਵੱਟ ਕੇ ਲੰਘ ਜਾਂਦੀ ਹੈ, ਤੈਨੂੰ ਮੇਰਾ ਸਿਫਤ ਕਰਨਾ ਵਧੀਆ ਲੱਗਦਾ? ਨਹੀਂ ਮੈਨੂੰ ਬਹੁਤ ਵਧੀਆ ਲੱਗਦਾ, ਮੇਰਾ ਦਿਲ ਤਾਂ ਤਰਸਦਾ ਇਹ ਗੱਲਾਂ ਸੁਣਨ ਨੂੰ, ਪਰ ਮੇਰਾ ਰੰਗ ਪੱਕਾ ਤਾਂ ਮੈਂ ਸੋਹਣੀ ਨੀ ਲੱਗਦੀ, ਕਦੇ ਕਿਸੇ ਦੇ ਪਸੰਦ ਵੀ ਨੀ ਆਈ, ਐ ਮੇਰੀ ਕਦੇ ਸਿਫਤ ਹੀ ਨੀ ਹੋਈ। ਤੇ ਹੁਣ ਜਦੋਂ ਤੁਸੀਂ ਸਿਫਤ ਕਰਦੇ ਹੋ ਮੈਨੂੰ ਓਪਰਾ ਜਿਹਾ ਲੱਗਦਾ, ਮੈਨੂੰ ਇਹ ਲੱਗਦਾ ਕਿਤੇ ਤੁਹਾਨੂੰ ਕੋਈ ਭੁਲੇਖਾ ਤਾਂ ਨੀ ਪੈ ਗਿਆ, ਕਿਤੇ ਤੁਸੀਂ ਮੁੜ ਕੇ ਐ ਤਾਂ ਨੀ ਕਹਿ ਦੋਗੇ ਵੀ ਜਾ ਕਮਲੀਏ ਮੈਂ ਤਾਂ ਮਖੌਲ ਕਰਦਾ ਸੀ। ਜਾਣੀ ਕਿ ਆਪਣਾ ਗੂੜਾ ਪਿਆਰ ਹੀ ਆਪਾਂ ਨੂੰ ਇੱਕ ਦੂਜੇ ਤੋਂ ਦੂਰ ਕਰੀ ਜਾਂਦਾ। ਪਰ ਇੱਕ ਗੱਲ ਯਾਦ ਰੱਖੀ ਪਰਮਿੰਦਰ ਕੌਰੇ, ਜਿੱਦਣ ਮੈਨੂੰ ਤੇਰੇ ਚੋਂ ਰੱਬ ਨਾ ਦੱਸਿਆ ਸਮਝ ਲਈ ਵੀ ਚੰਨਣ ਦੀਆਂ ਅੱਖਾਂ ਦੇ ਦੀਵੇ ਬੁੱਝ ਗਏ। ਸੁਣ ਲੈ ਮੇਰੀ ਸਰਦਾਰਾ ਤੇਰੇ ਬਿਨ ਨੀ ਸਾਡਾ ਗੁਜ਼ਾਰਾ, ਸੁਣ ਲੈ ਮੇਰੀ ਸਰਦਾਰਾ ਤੇਰੇ ਬਿਨ ਨੀ ਸਾਡਾ ਗੁਜ਼ਾਰਾ।
ਸਤਿ ਸ੍ਰੀ ਅਕਾਲ ਸਰਦਾਰਨੀ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹੋਰ ਵੀ ਰਾਜਾ, ਸਾਡੇ ਕੁੜਮਾਂ ਦੀ ਕਣਕ ਚੰਗੀ ਹੈ ਜੀ। ਮੈਂ ਕਿਹਾ ਜੀ ਕਿਰਪਾ ਵੱਡੇ ਮਹਾਰਾਜ ਦੀ। ਹਾਂਜੀ, ਜਰਗਾਲਾਂ ਦਾ ਲਾਣਾ ਵੀ ਠੀਕ ਆ, ਕੀ ਸੁੱਖ ਸੁਨੇਹਾ ਲੈ ਕੇ ਆਇਆ ਫਿਰ? ਮੈਂ ਤਾਂ ਨਿਊਦਾ ਲੈ ਕੇ ਆਇਆ ਸਰਦਾਰ ਸਾਹਿਬ, ਆਪਣੇ ਕਾਕਾ ਜੀ ਦੇ ਤਾਇਆ ਸਾਰਾ ਸਰਦਾਰ ਦਿਆ ਸਿੰਘ, ਉਹਨਾਂ ਦੇ ਸਪੁੱਤਰ ਲੱਖਾ ਸਿੰਘ ਦਾ, ਰੋਕਾ ਜੀ ਸੱਤਪੋ ਦਾ। ਬੱਲੇ, ਸ਼ੁਕਰੀਆ ਦਾਤੇ ਦਾ, ਵਧਾਈ ਦਿਓ ਸਾਡੇ ਕੁੜਮ ਕੁੜਮ। ਹਾਂਜੀ ਹਾਂਜੀ ਜ਼ਰੂਰ ਬਈ, ਸੱਚੀ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ, ਇਹ ਤਾਂ ਵਾਲੀ ਖੁਸ਼ੀ ਦੀ ਗੱਲ ਹੋਈ ਜੀ। ਹੁਣ ਆਉ ਸਵਾਦ ਖਿੱਚੋ ਬਈ ਤਿਆਰੀ। ਬੇਬੇ ਮੈਨੂੰ ਇੰਨਾ ਦੱਸ ਦਿਓ ਵੀ ਬਾਪੂ ਆਪਣੇ ਸਹੁਰੀ ਜਾ ਕੇ ਕਿੰਨਾ ਖੋਰੂ ਪਾਉਂਦਾ ਹੈ? ਪੂਰਾ ਪੂਰਾ ਕੇ ਇੱਕ ਹਫ਼ਤਾ ਪਹਿਲਾਂ ਆਵਾਂਗੇ ਜੀ। ਸੋ ਇਸ ਖੁਸ਼ੀ ਦੇ ਮੌਕੇ ਤੇ ਜੀ ਆਪ ਸਭ ਦੀ ਉਡੀਕ ਹੋਏਗੀ ਜਰਗ ਵਿਖੇ। ਆਵਾਂਗੇ ਜੀ, ਆਵਾਂਗੇ ਸਾਰੇ ਆਵਾਂਗੇ, ਸਗੋਂ 5-7 ਦਿਨ ਪਹਿਲਾਂ ਆਵਾਂਗੇ। ਸਾਲੇ ਮੇਰੇ ਦਾ ਵਿਆਹ ਉੱਥੇ ਹੋਣੀ, ਬਹਿ ਜਾ ਪ੍ਰਾਹੁਣਿਆਂ, ਖਿੱਚ ਦੇ ਪ੍ਰਾਹੁਣਿਆਂ, ਚੱਕ ਦੇ ਪ੍ਰਾਹੁਣਿਆਂ। ਦੇਖ ਵੀ ਮੇਰ ਸਿਆਮ, ਜੇ ਸਾਰਾ ਟੱਬਰ ਆ ਗਿਆ ਤਾਂ ਕੰਮ ਧੰਦੇ ਦਾ ਪਿੱਛੇ ਔਖਾ ਹੋ ਜੂਗਾ। ਗੱਲ ਤੁਹਾਡੀ ਵੀ ਸਹੀ ਹੈ ਜੀ। ਹਾਂ ਭਾਈ, ਸਾਰਿਆਂ ਦਾ ਆਉਣਾ ਤਾਂ ਔਖਾ ਹੈ, ਚੰਨਣ ਨੂੰ ਤਾਂ ਵਹੁਟੀ ਨੂੰ ਪਹਿਲਾਂ ਭੇਜ ਦਿਆਂਗੇ, ਅਸੀਂ ਸਾਰਾ ਲਾਣਾ ਬਾਅਦ ਚ ਆ ਜਾਂਗੇ। ਪਰ ਵਿਆਹ ਤੇ ਸਾਰੇ ਟੱਬਰ ਨੇ ਆਉਣਾ ਹੀ ਫਿਰ। ਲਿਆਵਾਂਗੇ, ਆਉਣਾ ਕਿਉਂ ਨਹੀਂ ਸਕਦਾ। ਗੀਤ ਨਾਲ ਬਹੁਤ ਹੀ ਗੱਲ ਬਣ ਨੀ ਰਹੀ, ਮੇਰੇ ਸਹੁਰਿਆਂ ਦਾ ਪਿੰਡ ਆਉਣ ਵਾਲਾ, ਮੇਰਾ ਲਲਕਾਰੇ ਮਾਰਨ ਨੂੰ ਜੀ ਕਰੀ ਜਾਂਦਾ। ਰਹਿਣ ਦੋ, ਵੱਡੇ ਆ ਲਲਕਾਰੇ ਮਾਰਨ ਵਾਲੇ। ਬੇਬੇ ਬਾਪੂ ਜੀ ਨੇ ਮੈਨੂੰ ਦੇਖ ਕੇ ਪਤਾ ਕਿੰਨਾ ਖੁਸ਼ ਹੋਣਾ। ਜੇ ਤੈਨੂੰ ਕੱਲੀ ਨੂੰ ਵੇਖ ਕੇ ਖੁਸ਼ ਹੋਣਾ, ਮੈਂ ਗਾਂ ਜਾਂ ਟਿੰਡੀਆਂ ਲੈਣ ਚੱਲਾ, 4 ਕਿੱਲਿਆਂ ਦੀ ਵਾੜ ਰਹਿੰਦੀ ਆ, ਹੋ ਜਾ ਫਿਰ ਨਰੂ ਨਰੀ, ਮੈਂ ਵੇਲੇ ਨਾਲ ਪਿੰਡ ਵਰਤਣ ਵਾਲਾ ਬਣਾਈ ਯਾਰ। ਨਹੀਂ ਨਹੀਂ, ਮਤਲਬ ਸਾਨੂੰ ਦੇਖ ਕੇ ਕਿੰਨਾ ਖੁਸ਼ ਹੋਣਾ। ਉਹ ਬੀਜੀ ਬਾਪੂ ਨੇ ਖੁਸ਼ ਹੋਣਾ ਹੀ ਆ, ਜਦੋਂ ਪਿੰਡ ਦੀ ਫਿਰਨੀ ਤੇ ਜਾ ਕੇ ਮੈਂ ਵਜਾਈ ਨਾ 500 ਤੇਰੀ ਟੱਲੀ, ਮੇਰੇ ਪਿੰਡ ਦੇ ਨਿਆਣੇ ਇੰਟਰਨ ਇੰਟਰਨ ਕਰਦੇ ਫਿਰਨਾ, ਫੇਰ ਵਜਾਊ ਮੈਂ ਪੌਂਪੂ। ਸਰਦਾਰ ਰੇਸ਼ਮ ਸਿੰਘ ਸਟੇਸ਼ਨ ਮਾਸਟਰ ਦਾ ਬੰਬੂ ਕਾਟਾ, ਕੋਈ ਲਾਰੀ ਨੀ, ਇੱਕ ਵਾਰੀ ਤੁਰਿਆ ਸਿੱਧਾ ਜਾ ਕੇ ਮੰਜ਼ਲ ਤੇ ਰੁਕਦਾ। ਸੰਮੀ ਭੈਣ ਤੇ ਰੇਸ਼ਮ ਭਾਈ ਅਜੇ ਨੀ ਸੀ? ਹੈਗੇ ਤਾਂ ਉਹੀ ਸੀ, ਰੁਕੇ ਕਾਹਤੋਂ ਨੀ ਫਿਰ? ਚੰਗਾ ਖਾਈਦਾ, ਸਭ ਤੋਂ ਤੇ ਮਾਹੌਲ ਚ ਰਹੀਦਾ। ਚਲੋ ਸ਼ਾਬਾਸ਼ ਬਿੱਜੂ ਜਾ, ਚਲੋ ਬਹੁਤ ਲਿਸ਼ਕਦਾ ਬਈ। ਬੰਬੂ ਘਾਟ ਬਹੁਤ ਸਾਂਭ ਕੇ ਰੱਖਿਆ ਹੋਇਆ ਅਫਸਰ, ਜਵਾਨੀ ਤੇ ਸਾਧਨ ਜਿੰਨਾ ਸਾਂਭ ਕੇ ਰੱਖੋਗੇ ਨਾ ਓਨਾ ਹੀ ਵੱਧ ਚੱਲਦੇ ਨੇ। ਇਹਦੀ ਸਾਂਭ ਸੰਭਾਲ ਤੇ ਪੈਸਾ ਠੱਗ ਦਾ ਖਾਸਾ ਲੱਗ ਜਾਂਦਾ ਹੋਊ। ਤਾਇਆ ਜੀ, ਜੇ ਰੁਤਬਾ ਸਾਹਮਣਾ ਹੋਵੇ ਨਾ ਫਿਰ ਖਰਚਾ ਤਾਂ ਹੋ ਹੀ ਜਾਂਦਾ, ਜਿਵੇਂ ਆ ਹੁਣ ਬੰਬੂ। ਆ ਦੇਖੋ ਆ ਲਾਤਾ ਮੈਂ ਗੋਲ ਧਾਰਾ ਬਣਾ, ਆ ਲਾਤਾ ਮੈਂ ਗੋਲ ਧਾਰਾ।
ਕਿਸੇ ਨੇ ਵੀ ਨਾ ਤਾਂ ਇਸ ਗੋਲ ਧਾਰੇ ਦੇ ਅੰਦਰ ਆਉਣਾ ਹੈ, ਨਾ ਹੀ ਇਹਨੂੰ ਹੱਥ ਲਾਉਣਾ ਹੈ, ਨਾ ਹੀ ਇਹਦੇ ਬਾਰੇ ਮੇਰੇ ਤੋਂ ਕੋਈ ਸਵਾਲ ਪੁੱਛਣਾ ਹੈ। ਬਸ ਦੂਰ ਖੜ ਕੇ ਤੁਸੀਂ ਹੈਰਾਨ ਹੋਣਾ ਸਿਰਫ, ਠੀਕ ਆ? ਬਸ ਅੜੇ ਤੂੰ ਕਮਾਲ ਹੈ, ਕੋਈ ਮਹਾਨ ਚੀਜ਼ ਦੇਖੀ ਨੀ, ਬਾਂਦਰਾਂ ਵਾਂਗੂ ਟੁੱਟ ਕੇ ਪੈ ਜਾਂਦੇ ਬਸ। ਓ ਚਲੋ ਕੋਈ ਗੱਲ ਨੀ ਅਫਸਰੋ, ਆਜੋ ਆਜੋ, ਚਲੋ ਦੂਰ ਰਹਿ ਕੇ ਬਾਹਰ ਰਹਿ ਕੇ ਬਾਣ ਦੇ ਮੰਜੇ ਤੇ ਬਿਠਾ ਕੇ ਮੇਰੇ ਪਾਸੇ ਛਲਾਉਣੇ ਸੀ, ਮੈਨੂੰ ਪਹਿਲਾਂ ਦੱਸ ਦਿੰਦੇ, ਮੈਂ ਸ਼ਹਿਰ ਨੂੰ ਦੋ ਕੁਰਸੀਆਂ ਨਾਲ ਚੱਕ ਲਿਆਉਂਦਾ। ਫਿਰ ਇੱਧਰ ਅਜੋ ਤੱਕ ਪਹੁੰਚਦੇ? ਕਮਾਲ ਕਰਦੇ ਹੋ ਤੁਸੀਂ, ਇਹ ਥੋੜੀ ਗੱਲ ਹੁੰਦੀ ਹੈ ਯਾਰ। ਆਲੋ ਜੀਜਾ ਜੀ, ਮੈਂ ਤੁਹਾਡੇ ਲਈ ਕੁਰਸੀ ਲੈ ਕੇ ਆਇਆ। ਓਏ ਸ਼ਾਬਾਸ਼ ਮੇਰੇ ਬੱਚੇ ਸ਼ੇਰ ਦੇ, ਸ਼ਾਬਾਸ਼ ਸ਼ਾਬਾਸ਼। ਆ ਦੇਖੋ ਆ ਸਾਰੇ ਟੱਬਰ ਚੋਂ ਬਿਸ਼ਰਾ ਸਿਆਣਾ, ਇਹਨੂੰ ਪਤਾ ਵੀ ਅਫਸਰ ਬੰਦੇ ਦੀ ਇੱਜ਼ਤ ਕਿਵੇਂ ਕਰੀਦੀ ਹੈ। ਆਖਰ ਵਧੀਆ ਸਕੂਲ ਚ ਪੜਾਉਣ ਦਾ ਫਾਇਦਾ ਤਾਂ ਹੁੰਦਾ ਹੀ ਹੈ। ਲੈ ਉਹ ਬੰਦਾ 2 ਦਿਨ ਤੋਂ ਇੰਤਜ਼ਾਰ ਕਰੀ ਜਾਂਦੀ ਤੁਹਾਡਾ ਇੱਥੇ। ਉਹ ਤਾਇਆ ਜੀ, ਆ ਤਾਂ ਮੈਂ 2 ਦਿਨ ਪਹਿਲੇ ਹੀ ਜਾਣਾ ਸੀ, ਐਨ ਮੌਕੇ ਤੇ ਸਾਡਾ ਰੇਲਵੇ ਮਿਨਿਸਟਰ ਆ ਗਿਆ। ਅੱਛਾ, ਬਸ ਫਿਰ ਤੁਹਾਨੂੰ ਪਤਾ ਮੇਰੀ ਬਣਦੀ ਬਹੁਤ ਉਹਦੇ ਨਾਲ। ਉਹ ਮੈਨੂੰ ਕਹਿੰਦਾ ਰੇਸ਼ਮ ਸਿਆਹ ਮੈਂ ਤੈਨੂੰ ਜਾਣ ਨਹੀਂ ਦੇਣਾ। ਅੱਛਾ, ਬਸ ਮੈਨੂੰ ਬਿਠਾ ਕੇ ਬੈਠਾ, ਮੈਂ ਕਿਹਾ ਜਾਣਾ ਜ਼ਰੂਰ ਹੈ ਕਿਉਂਕਿ ਸਹੁਰਿਆਂ ਦੇ ਵਿਆਹ ਹੈ। ਬਸ ਉਹ ਕਹਿੰਦਾ ਮੈਂ ਕਿਸੇ ਵੀ ਹਾਲਤ ਤੈਨੂੰ ਜਾਣ ਨਹੀਂ ਦੇਣਾ। ਅੱਛਾ, ਫੇਰ ਫੇਰ ਬਸ ਮੈਂ ਆ ਗਿਆ ਆ ਬੈਠਾ ਜਿਹੜੀ ਥਾਲ ਲਈ ਆਪਾਂ ਕਰੀ ਦੀ ਹੈ। ਉਧਰੋਂ ਲੰਘ ਜਾ, ਐਵੇਂ ਟੱਲੀਆਂ ਜੀਆਂ ਮਾਰੀ ਜਾਂਦਾ, ਐਨੀ ਤਾਂ ਥਾਂ ਪਈ ਐ। ਹੇਮ ਤਾਂ ਕਹਿੰਦਾ ਸੀ ਸਹੁਰੀ ਜਾ ਕੇ ਇੱਜ਼ਤ ਬਹੁਤ ਹੁੰਦੀ ਐ। ਇਸ ਬੰਬੂ ਕਾਰਡ ਦੀ ਤਾਂ ਇੰਨੀ ਰਫਤਾਰ ਐ ਵੀ ਘੋੜੇ ਤੋਂ ਵੀ ਗਾਹ ਨਿਕਲ ਜਾਂਦਾ। ਤੇਲ ਪੈਂਦੇ ਇਹਦੇ ਵਿੱਚ? ਨਹੀਂ, ਕੋਲੇ ਪੈਂਦੇ ਆ। ਓਏ ਅਫਸਰਾ, ਤੇਰੀਆਂ ਰੇਲ ਗੱਡੀਆਂ ਕੋ ਕਿਤੇ ਇਹ ਨਾਲ ਕੋਲਿਆਂ ਤੇ ਚੱਲ ਗਿਆ ਹੋਵੇ। ਆਹੋ ਪਤਾ ਜੀ, ਤੇਲ ਹੀ ਪੈਣਾ, ਹੋਰ ਕੀ ਪਾਥੀਆਂ ਤੇ ਚੱਲਣਾ। ਲੈ ਤੇ ਆ, ਲੈ ਸੂਹੀ ਵਾਲਾ ਪ੍ਰਾਹੁਣਾ ਵੀ ਆ ਗਿਆ। ਪੱਕੋ ਮੇਰੀ ਧੀ ਰਾਣੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੂਆ, ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, 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 ਸਤਿ ਸ਼੍ਰੀ ਅਕਾਲ ਭਾਜੀ। ਓਏ ਆ ਜਾ ਵੀ, ਆ ਜਾ, ਆ ਜਾ ਵੀ, ਆ ਜਾ ਚੰਨ ਸਿਆ, ਆ ਜਾ, ਆ ਜਾ ਬੈਠ। ਓ ਪੱਕੋ ਪੱਕੋ ਮੇਰੀ ਰਾਣੀ ਧੀ, ਕਿਵੇਂ ਹੋ? ਮੈਂ ਠੀਕ ਆ, ਮੇਰੇ ਤਾਇਆ ਜੀ ਨੂੰ ਮਿਲ। ਓਏ ਆ ਜਾ ਮੇਰਾ ਪੱਕੋ ਪੁੱਤ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਹੋਰ ਹੁੰਦਾ ਆਪਣੀ ਸਵਾਰੀ ਦਾ ਆਰਾਮ ਹੀ ਹੈ। ਆ ਦੇਖ ਲੋ, ਇਸ ਤੱਕ ਅੱਧੇ ਪਹੁੰਚੇ ਹੋਏ ਆ। ਸਾਰਿਆਂ ਨੂੰ ਬੰਬੂ ਕਾਰਡ ਵੀ ਦਿਖਾਤਾ, ਚਾਰ ਇਧਰਲੀ ਉਧਰਲੀ ਗੱਲਾਂ ਵੀ ਮਾਰ ਲਈਆਂ। ਖੈਰ ਸਾਈਕਲ ਤੇ ਟਾਈਮ ਤਾਂ ਲੱਗ ਹੀ ਜਾਂਦਾ। ਹਾਂਜੀ ਬਾਈ, ਟਾਈਮ ਤਾਂ ਲੱਗ ਹੀ ਜਾਂਦਾ ਨਾ, ਸੜਕ ਕੱਚੇ ਨਹੀਂ ਪਿੰਡ ਵਾਲੀ ਨਾ। ਜੇ ਪੱਕੀ ਹੁੰਦੀ ਫਿਰ ਕਿਹੜਾ ਤੂੰ ਅੱਡੂ ਕੇ ਆਉਂਦਾ ਹੈ। ਹਾਂਜੀ ਹਾਂਜੀ ਸਾਹਿਬ, ਰਾਜੀ ਖੁਸ਼ੀ ਜੀ, ਬਾਜਰਾ ਐਤਕੀ ਸਾਡਾ ਸੋਹਣਾ ਹੋ ਗਿਆ ਜੀ, ਤੇ ਚੜ੍ਹਦੇ ਸਾਲ ਨਾਲ ਸਾਡੀ ਇੱਕ ਮੱਝ ਢਿੱਲੀ ਹੋ ਗਈ, ਤੇ ਸਾਡਾ ਬਾਲਾ ਵਧੀਆ ਕੱਟਾ ਵੀ ਮਰ ਗਿਆ ਜੀ ਇੱਕ, ਤੇ ਇੱਕ ਛੱਤ ਚਾਉਂਦੇ ਨੇ ਡੰਗਰਾਂ ਵਾਲੇ ਕੋਠੇ ਦੀ। ਬਾਪੂ ਕਹਿੰਦੇ ਐਤਕੀ ਪੱਕੀ ਕਰਾ ਦੇਣੀ ਆਪਾਂ ਹਾੜੀ ਵੇਲੇ। ਗਹਿਣੇ ਵੀ ਤਾਂ ਸਿੰਘ ਤੁੜਾ ਲਏ ਸੀ। ਹਾਂਜੀ ਹਾਂਜੀ, ਉਹ ਸੰਮੀ ਨੇ ਤੋਂ ਟੱਬਰ ਦਾ ਹਾਲ ਪੁੱਛਿਆ ਡੰਗਰਾਂ ਦਾ ਨੀ? ਸਭ ਰਾਜੀ ਖੁਸ਼ੀ ਸੀ ਬਾਈ ਜੀ, ਅੱਜ ਤੁਹਾਡਾ ਨਾਲ ਡਿੱਗਿਆ ਸੀ ਜਦ ਤੁਸੀਂ ਗਾਹ ਲੰਘੇ ਸੀਗੇ। ਉਹ ਪੋਲਿਆ ਪੰਛੀਆ, ਇਹ ਡਿੱਗਿਆ ਨੀ ਸੀ, ਜਾਣ ਕੇ ਸਿੱਟਿਆ ਸੀ। ਜਦੋਂ ਸਾਡੂ ਸਾਡੂ ਨੂੰ ਕੱਟਦਾ ਨਾ, ਉਦੋਂ ਇਹ ਰੀਤ ਪਕਾਈ ਦੀ ਹੈ। ਆ ਲਓ ਜੀ ਚਾਹ। ਨਾ ਨਾ ਬਾਈ, ਇਹ ਤਾਂ ਪੱਕੇ ਮਿੱਠੇ ਵਾਲੀ ਆ, ਵੱਡੇ ਬਾਈ ਵਾਸਤੇ, ਤੁਹਾਡੇ ਵਾਸਤੇ ਆ ਗੋੜਾ। ਪੱਕੇ ਮਿੱਟੀ ਵਾਲੀ ਚਾਹ ਦਾ ਆਨੰਦ ਹੀ ਹੋਰ ਹੈ ਬਾਈ। ਭਾਬੀ ਉਹ ਦਿਸੀ ਜਾਂਦੀ ਹੋਣੀ ਚਾਰੇ ਪਾਸੇ। ਓ ਨਹੀਂ ਨਹੀਂ ਪੱਕੋ, ਮੈਂ ਤਾਂ ਬਸ ਮੁੰਡੇ ਨਾਲ ਬਿਸਤਰੇ ਜਾ ਇਕੱਠੇ ਕਰਾਉਂਦਾ ਸੀ।
ਬਿਸਤਰੇ ਬਿਸਤਰੇ ਆਪੇ ਇਕੱਠੇ ਹੋ ਜਾਣਗੇ। ਲੈ ਦੱਸ, ਤੂੰ ਵਿਆਹ ਵਾਲਾ ਮੁੰਡਾ, ਸੌ ਜੀ ਤੁਰੇ ਫਿਰਦੇ ਨੇ ਇੱਥੇ। ਆ ਦੇਖ ਮੈਂ ਕੀ ਲਿਆਈਆਂ ਤੇਰੇ ਵਾਸਤੇ। ਹੈ ਭੈਣ ਕੋਟੀ, ਕਿੰਨਾ ਸੋਹਣਾ ਰੰਗ ਹੈ। ਵਧੀਆ ਲੱਗੀ ਤੈਨੂੰ? ਬਹੁਤ ਸੋਹਣੀ ਹੈ। ਮੈਂ ਤਾਂ ਤਾਈ ਨੂੰ ਕਿਹਾ ਸੀ ਇਹੋ ਜਿਹਾ ਰੰਗ ਲੈ ਕੇ ਆਈ, ਪਰ ਤੈਨੂੰ ਪਤਾ ਹੀ ਹੈ ਬੇਬੇ ਭੁੱਲ ਗਈ। 10 ਦਿਨ ਲਾ ਕੇ ਬੁਣੀਆਂ ਪੂਰੀ ਇਹ ਮੈਂ। ਲੱਖੇ ਆਵੇ, ਓ ਲੱਖੇ, ਓ ਲੱਖੇ, ਤੂੰ ਕਿੱਧਰ ਫਿਰੀ ਜਾਣਾ? ਮੈਂ ਕਦੋਂ ਦੀ ਤੈਨੂੰ ਲੱਭਦੀ ਫਿਰਦੀ ਆ। ਬਸ ਉਹ ਕੰਮ ਜਿਹਾ ਕਰਦਾ ਫਿਰਦਾ ਸੀ। ਵੱਡਾ ਆ ਕੰਮਾਂ ਵਾਲਾ। ਆ ਦੇਖ ਕੜੀ ਲੈ ਕੇ ਆਈ ਆ ਤੇਰੇ ਵਾਸਤੇ। ਹੈ ਕੜੀ? ਆ ਫੜੀ, ਬਹੁਤ ਸੋਹਣੀ ਹੈ। ਕਿੱਥੋਂ ਲਿਆਂਦੀ ਆ? ਲੁਧਿਆਣੇ ਤੋਂ ਮੰਗਾਈ ਤੇਰੇ ਭਾਈਆ ਜੀ ਤੋਂ। ਮੈਂ ਤਾਂ ਇਹਨਾਂ ਦੇ ਖੇੜੇ ਬਹਿ ਗਈ ਸੀ, ਜੇ ਕੜੀ ਲੈ ਕੇ ਆਉਂਗੇ ਤਾਂ ਹੀ ਮੈਂ ਰੋਕੇ ਤੇ ਜਾਉਂਗੀ। ਤੂੰ ਨਾ ਇਹਨਾਂ ਤੋਂ ਟਾਈਮ ਦੇਖਣਾ ਵੀ ਸਿੱਖ ਲਈ, ਨਾਲੇ ਇਹ ਵੀ ਪੁੱਛ ਲਈ ਕਿ ਪਾਣੀ ਕਿਵੇਂ ਆ। ਠੀਕ ਆ? ਠੀਕ ਆ। ਬੁਸ਼ਰਟ ਕਿਹੜੇ ਚ ਰੰਗ ਦੀ ਪਾਣੀ ਤੂੰ ਕੱਲ ਨੂੰ? ਫਿੱਕੇ ਜੇ ਰੰਗ ਦੀ ਆ। ਫਿੱਕਾ ਰੰਗ? ਆਈ ਦਿਖਾਈ ਭਲਾ। ਚੱਲ ਲੱਖੇ ਕੋਟੀ ਫਿਕਰ ਨਾ ਕਰੋ, ਸਾਰਾ ਕੁਝ ਮੈਂ ਕਰ ਲੂ। ਤੁਸੀਂ ਚੁੱਲ੍ਹੇ ਜੀ ਲਈ ਵੜੀ ਹੋ। ਚਾਹ ਕਹੀ ਹੋਈ ਸੀ, ਚਾਹ ਲਿਆਓ ਹੁਣ। ਆ ਤੰਗ ਤੇ ਕੌਣ ਆਇਆ? ਬੈਖੜਾ ਲੈ ਹੁਣ, ਤੂੰ ਤਾਂ ਮੇਰੀ ਹੱਡੀਆਂ ਹੀ ਭਰਤੀ ਸੀ। ਆ ਨੀ ਪੂਰੋ ਝੋਲੇ ਚੱਕ ਲਿਆ ਭਾਈ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਜਿਉਂਦਾ ਰਹੇ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਭੈਣ ਜੀ? ਹਾਲ ਚਾਲ ਤਾਂ ਇਹ ਜਿਹੀ ਹੈ, ਮੈਂ ਤਾਂ ਮੁੰਡੇ ਨੂੰ ਸ਼ਗਨ ਦੇਣ ਆਈ ਸੀ। ਸੰਗਰੂਰ ਜਾਣਾ, ਮੇਰੀ ਭੈਣ ਦੇ ਘਰੇ ਮਿਸਤਰੀ ਲੱਗੇ। ਧੰਨ ਭਾਗ ਸਾਡੇ ਜੀ, ਤੁਸੀਂ ਆਏ। ਰੇਸ਼ਮ ਭੈਣ ਜੀ, ਚਾਹ ਪਾਣੀ ਤਾਂ ਪੀ ਲੋ। ਚਾਹ ਖੜੇ ਖੜੇ ਪੀ ਲਈਏ, ਖੜ ਜਾ ਕੇ ਰਹਾ। ਰੇਸ਼ਮ ਮੈਂ, ਰੇਸ਼ਮ ਆਇਆ ਬੀਜੀ, ਆਇਆ ਆ ਗਿਆ। ਸਤਿ ਸ੍ਰੀ ਅਕਾਲ ਬੀਜੀ, ਪੈਰੀ ਪੈਣਾ। ਨਹੀਂ ਇਧਰ ਮਾਰ, ਆ ਖੜੀ ਆ। ਪੈਰੀ ਪੈਣਾ, ਤੂੰ ਪਰਸੋਂ ਨੂੰ ਆਪਦੇ ਮਾਸੀ ਦੇ ਘਰੇ ਚਲਾ ਜਾਈ, ਮਿਸਤਰੀ ਲੱਗੇ ਆ। ਆ ਬੀਜੀ, ਉਹ ਮੈਂ 3 ਦਿਨ ਦੀਆਂ ਛੁੱਟੀਆਂ ਤਾਂ ਲਈਆਂ ਸੀ, ਇੱਧਰ ਮੰਗਣਾ ਰੱਖਿਆ ਹੋਇਆ ਨਾ। ਮੈਂ ਤੈਨੂੰ ਪੁੱਛਿਆ ਨੀ, ਦੱਸਦੀ ਆ ਪਰਸੋਂ ਸਵੇਰੇ ਪਹੁੰਚੀ। ਚੱਕਦਾ ਕੀ ਆ? ਸਤਿ ਸ਼੍ਰੀ ਅਕਾਲ ਬੀਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਲੂ ਪਾਣੀ ਪੀ ਲਓ। ਮੈਂ ਤੈਨੂੰ ਕਿਹਾ ਸੀ ਤੁਸੀਂ ਬੰਬੂ ਕਾਟ ਤੇ ਆ ਜਾਂਦੇ। ਨੀ ਜੇ ਮੈਂ ਬੰਬੂ ਕਾਟ ਤੇ ਆਉਂਦੀ ਤਾਂ ਥੋੜੀ ਸ਼ਾਨ ਚ ਫਰਕ ਪੈ ਜਾਣਾ ਸੀ। ਮੈਂ ਤਾਂ ਟਾਂਗੇ ਤੇ ਸੂਤਾ, ਆ ਟਾਂਗੇ ਵਾਲੇ ਨੇ ਨਾ ਮੇਰੇ ਹੱਡ ਗੋਡੇ ਘਸਾਤੇ। ਮੈਂ ਹੁਣ ਪਿੱਠ ਸਿੱਧੀ ਕਰਨੀ ਆ ਪੁੱਤ। ਆਜ ਬੀਜੀ, ਆਜ ਭੈਣ ਜੀ, ਆਜ। ਅੱਜ ਕੱਲ ਮਿਸਤਰੀ ਹੈਰਾਨ ਬਹੁਤ ਕਰਦੇ ਨੇ ਨਾ। ਆਹੋ ਤਾਂ ਜੀ, ਬੰਦਾ ਤਾਂ ਵੈਸੇ ਚਾਹੀਦਾ ਮਿਸਤਰੀਆਂ ਦੇ ਸਿਰ ਤੇ। ਪਾਣੀ ਪੀ ਲੈ ਭੈਣੇ, ਗਰਮੀ ਲੱਗਦੀ ਹੋ। ਸੱਚ ਤੁਸੀਂ ਪਟਿਆਲੇ ਕਿਹੜੇ ਪਾਸੇ ਰਹਿੰਦੇ ਹੋ? ਸਟੇਸ਼ਨ ਦੇ ਕੋਲ ਸਰਕਾਰੀ ਘਰ ਮਿਲਿਆ, ਫਿਰ ਵਾਢੀਆਂ ਤੋਂ ਬਾਅਦ ਚੰਨਣ ਤੇ ਮੈਂ ਆਵਾਂਗੇ। ਆ ਜੀ, ਪਰ ਸਾਈਕਲ ਤੇ ਨੀ, ਲਾਰੀ ਤੇ ਆਇਓ, ਤੇ ਦੂਜਾ ਭਾਜੀ ਨੂੰ ਕਹੀ ਪੱਗ ਬੰਨ ਕੇ ਆਉਣ, ਕਿਤੇ ਸਾਫੇ ਚ ਨਾ ਆ ਜਾਣ। ਤੈਨੂੰ ਤਾਂ ਪਤਾ ਹੀ ਹੈ ਮੇਰੀ ਸੱਸ ਦੇ ਸੁਭਾਅ ਦਾ। ਸੱਸ ਦਾ ਸੁਭਾਅ ਤਾਂ ਬੜਾ ਕਪੱਤਾ ਤੁਹਾਡੀ ਦਾ। ਰੇਸ਼ਮ ਭਾਈ ਅਜੀ ਵੀ ਤਾਂ ਡਰਦੇ ਨੇ ਉਹਨਾਂ ਕੋਲੋਂ। ਉਹ ਤਾਂ ਕੁਸਕਦੇ ਵੀ ਨਹੀਂ ਹੈਗੀ ਇਹੋ ਜੀ। ਭੈਣੇ ਭੈਣੇ, ਚੀਜੂ ਜੀ ਸਾਰਿਆਂ ਨੂੰ ਬੰਬੂ ਕੱਟ ਤੇ ਝਾਟੀਆਂ ਦੇ ਰਹੇ ਆ। ਚੱਲ ਨੀ ਪੱਕੋ, ਤੂੰ ਇੱਧਰ ਆਟਾ ਸਾਂਭ। ਉਹ
ਬੇਬੇ ਜੀ ਇਹ ਕਿਹੜਾ ਗਧਾ ਜਿਹੜਾ ਟਪੂਸੀ ਮਾਰ ਕੇ ਸਿੱਟ ਦੂਗਾ ਆਹ ਦੇਖੋ ਇਹਦਾ ਕੰਨ ਜਿਹਾ ਮਰੋੜਨਾ ਹੈ ਐਂ ਤੁਰ ਪੈਣਾ ਹੈ ਆਹ ਦੇਖੋ ਐਂ ਪੈਰ ਨਾਲ ਦੱਬਣਾ ਨਾਲ ਹੀ ਬ੍ਰੇਕ ਲੱਗ ਜਾਣੀ ਹੈ ਕੁਛ ਨਹੀਂ ਤੁਸੀਂ ਤਾਂ ਉਹੀ ਡਰੀ ਜਾਂਦੇ ਬਹਿ ਜਾਓ ਨਾ ਨਾ ਮੈਂ ਨਹੀਂ ਬਹਿਦੀ ਮੈਂ ਤਾਂ ਡਿੱਗ ਪਊਂਗੀ ਬੇਬੇ ਜੀ ਉਹ ਰੈਡਰ ਤੋਂ ਅਫਸਰੋ ਦੌਰਾ ਪੈ ਜੂ ਮਰ ਜੂਗੀ ਭਾਜੀ ਭਾਜੀ ਇੱਕ ਗੇੜਾ ਮੇਰਾ ਵੀ ਲਵਾ ਦਿਓ ਲੈ ਗੇੜਾ ਲਵਾ ਦਿਓ ਤੇਰਾ ਦੇਖ ਤਾਂ ਸਹੀ ਫਤੂਹੀ ਤੇਰੀ ਕਾਰ ਨਾਲ ਲਿਬੜੀ ਪਈ ਹੈ ਚਾਹ ਦਾ ਤੇਰਾ ਚਾਸੀ ਨਾਲ ਭੇਜਿਆ ਪਿਆ ਗੱਲਾਂ ਕਰਦਾ ਉਹ ਚੱਲ ਬੰਬੂ ਕਾਟ ਕੇ ਅੰਦਰ ਕਰਦੀ ਚੱਲ ਇੱਥੋਂ ਉਹ ਨਾਲੇ ਖੋਆ ਇਕੱਲੇ ਹੀ ਨਾ ਖਾ ਕਰ ਦੇਖ ਕਿਵੇਂ ਮੁਗਦਰ ਮੰਗੂ ਪਲਿਆ ਹੋਇਆ ਤਾਂ ਫਿਰ ਟਾਇਆ ਜੀ ਨੂੰ ਇੱਕ ਝੂਟਾ ਦਵਾ ਦੋ ਨਾ ਆਜੋ ਆਜੋ ਲੈ ਆ ਗਿਆ ਬਧੀਰਾ ਸੋ ਅੱਗੇ ਤੇ ਚੜੇ ਆ ਮੈਂ ਨਹੀਂ ਡਰਦਾ ਉਹ ਲੜਦਾ ਰਾ ਬਚ ਕੇ ਇੱਕਦਮ ਮੈਸਾ ਸਿੰਘਾਂ ਨੂੰ ਫੜ ਕੇ ਬਹਿ ਜਾਏਗਾ ਤੇਰੇ ਵਾਂਗੂ ਗੋਗਣ ਨਹੀਂ ਫਸਦੀ ਮੇਰੀ ਆਹ ਬਹਿ ਗਿਆ ਲੈ ਉਹ ਤਾਇਆ ਜੀ ਦੋਨੇ ਪਾਸੇ ਲੱਤਾਂ ਕਰਕੇ ਬੈਠੋ ਉਹ ਨਹੀਂ ਮੇਰੇ ਚਾਦਰੇ ਚ ਹਵਾ ਵੱਜੂ ਤਾਇਆ ਜੀ ਐਂ ਤਾਂ ਜਨਾਨੀਆਂ ਬਹਿੰਦੀਆਂ ਹੁੰਦੀਆਂ ਨੇ ਚੱਲੀ ਹੈ ਕੁੜੀ ਤੁਸੀਂ ਇੱਕ ਕੰਮ ਕਰੋ ਤੁਸੀਂ ਨਾ ਉਹਨੂੰ ਝੂਟਾ ਦਵਾ ਦੋ ਆ ਜਾ ਭੋਲੀ ਮੈਂ ਜਮਾਈ ਚੱਲੀ ਹੈ ਕੁੜੀ ਭੋਲੀ ਬਚ ਕੇ ਮੋੜ ਦੋ ਗੋਡਾ ਟੁੱਟ ਜੂ ਜੋੜ ਦੋ ਫੜ ਕੇ ਰੱਖੀ ਫੜ ਕੇ ਦੇਖਿਆ ਨਾ ਵੀ ਵਿਚਾਲੇ ਕੋਈ ਲਾਲ ਝੰਡੀ ਘੁਮਾਉਂਦਾ ਉਹਨੇ ਨਾਲ ਹੀ ਕੱਢਤੀਆਂ ਬ੍ਰੇਕਾਂ ਮਾਂ ਦੇ ਪੁੱਤਾਂ ਨੇ ਟਾਇਰਾਂ ਤੋਂ ਚਿਗਾੜੀ ਕੱਢਤੇ ਐਨ ਰੁਕਦੀਆਂ ਇੱਥੇ ਆ ਕੇ ਰੁਕੀਆਂ ਨੇ ਗੱਡੀਆਂ ਅੱਛਾ ਫੇਰ ਫੇਰ ਕੀ ਮੈਂ ਟੇਢਾ ਹੋਣ ਗਿਆ ਵਿੱਚੋਂ ਐ ਪਰ ਗੱਡੀਆਂ ਦਾ ਕੀ ਹੋਇਆ ਗੱਡੇ ਬਸ ਢੀਡੀਆਂ ਹੋ ਕੇ ਲੰਘੇ ਕਿਉਂਕਿ ਜਿਆਦਾ ਟਾਈਮ ਰੋਕ ਨਹੀਂ ਨਾ ਸਕਦੇ ਬਚਾ ਹੋ ਗਿਆ ਬਚਾ ਬਚਾ ਵਰਗਾ ਬਚਾ ਬਹੁਤ ਜਿਆਦਾ ਬਚਾ ਹਾਲ ਗੱਲਾਂ ਓਏ ਆ ਵੀ ਬਿਸ਼ਨਿਆ ਆ ਵੀ ਮੇਰਿਆ ਬੱਗਿਆ ਸ਼ੇਰਾ ਅੱਛਾ ਆਪਣੇ ਪਿਛਨੇ ਤੂੰ ਮੈਨੂੰ ਐਂ ਦੱਸ ਤੂੰ ਕਿਹਦਾ ਸਾਲਾ ਦੱਸ ਦੇ ਦੱਸ 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 ਕਿਹਦਾ ਸਾਲਾ ਅੱਛਾ ਇਹ ਤਾਂ ਠੀਕ ਹੈ ਤੂੰ ਐਂ ਦੱਸ ਹੋਰ ਕਿਹਦਾ ਸਾਲਾ ਹੈ ਦੱਸ 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 ਮੇਰਾ ਬੱਗਾ ਸ਼ੇਰ ਦੇਖਿਆ ਚੰਨਰ ਸਿੰਘ ਅੱਜ ਕੱਲ ਦੇ ਜਵਾਕ ਆਮ ਜਿਹੇ ਬੰਦੇ ਨੂੰ ਟਿੱਚ ਜਾਣਦੇ ਨੇ ਲੈ ਲੈ ਪੱਟੀ ਲੈ ਲੈ ਚੱਕ ਪਿਛਲੇ ਲੈ ਇੱਕ ਹੋਰ ਚੱਕ ਬੱਗਾ ਸ਼ੇਰ ਉਹ ਰੇਸ਼ਮ ਸਿਆ ਤੇਰਾ ਹਾਸਾ ਖੇਡਾ ਤਾਂ ਬਹੁਤ ਹੋ ਗਿਆ ਹੁਣ ਸਾਡਾ ਵੀ ਮਨ ਕੁਝ ਕਰ ਦੇ ਉਹ ਦੇਖ ਥੱਲੇ ਕਿਵੇਂ ਰੰਗ ਬੰਨਿਆ ਕੁੜੀਆਂ ਨੇ ਹੈ ਇੱਕ ਬੋਲੀ ਤੂੰ ਵੀ ਸੁਣਾ ਦੇ ਤਾਂ ਇਹ ਦੇਖੋ ਜਿਹੜਾ ਗਾਉਣ ਵਿਆਉਣ ਵਾਲਾ ਕੰਮ ਜਿਹਾ ਹੁੰਦਾ ਨਾ ਇਹ ਤਾਂ ਉਹਨਾਂ ਪੇਂਡੂ ਜਿਹੇ ਬੰਦਿਆਂ ਦਾ ਹੁੰਦਾ ਆ ਬੇਟਾ ਤੂੰ ਵਾਲਾ ਇਹ ਤਾਂ ਸੁਣ ਲਓ ਓਏ ਇਹ ਤਾਂ ਸੁਣਾਉ ਗਈ ਪਰ ਤੂੰ ਕਰਦਾ ਵੱਡਾ ਭਰਾਉਣਾ ਹੱਕ ਤੇਰਾ ਬਣਦਾ ਹੱਕ ਬਣਦਾ ਚੱਕਦੀ ਫਿਰ ਚੱਕ ਦੋ ਲੈ ਬਾਈ ਨਾਨੇ ਜੀ ਹੱਕ ਬਣਦਾ ਹਾਂ ਬਾਰੀ ਬਰਸੀ ਕੱਟਣ ਗਿਆ ਸੀ ਉਹ ਬਈ ਬਾਰੀ ਬਰਸੀ ਕੱਟਣ ਗਿਆ ਸੀ ਖੱਟ ਕੇ ਲਿਆਂਦਾ ਕੱਟ ਕੇ ਲਿਆਂਦੀ ਛੱਲੀ ਗਲਤ ਹੋ ਗਿਆ ਅੱਛਾ ਕੋਈ ਵੱਡੀ ਚੀਜ਼ ਸੀ ਹਾਂ ਹਾਂ ਆ ਗਿਆ ਯਾਰ ਉਹ ਬਾਰੀ ਬਰਸੀ ਕੱਟਣ ਗਿਆ ਸੀ ਬਾਰੀ ਬਰਸੀ ਕੱਟਣ ਗਿਆ ਸੀ ਕੱਟ ਕੇ ਲਿਆਂਦੇ ਆਂਡੇ ਉਹ ਤਾਂ ਇੰਨਾ ਗੁੰਦਾ ਪਰ ਗੱਲ ਤਾਂ ਵੱਡੀ ਆ ਨਾ ਗਾ ਉਹ ਲੈ ਆਂਡਿਆ ਲੈ ਭੁਰਜੀ ਉਹ ਤੁਸੀਂ ਬੋਲੀ ਤਾਂ ਪੂਰੀ ਕਰੋ ਅਫਸਰੋ ਆ ਜਾਂਦੀ ਹੈ ਉਹ ਬਾਰੀ ਬਰਸੀ ਕੱਟਣ ਗਿਆ ਸੀ ਕੱਟ ਕੇ ਲਿਆਂਦੇ ਆਂਡੇ ਸੋਚ ਲੈ ਕੇ ਨਾ ਨਾ ਹੀ ਮੇਰੇ ਉਹਨੇ ਕੱਪੜੇ ਧੋਤੇ
ਨਹੀਂ ਮੰਨਦੇ ਪਾਂਡੇ ਗੱਡੀ ਵਾਲੀ ਗੱਲ ਵਾਂਗੂ ਧੱਕਾ ਜਿਹਾ ਕਰ ਗਿਆ ਲੋ ਬਈ ਹੁਣ ਚੰਨਣ ਸਿੰਘ ਥੂਹੀ ਵਾਲਾ ਇਹ ਬੰਨੂ ਰੰਗ ਇੱਥੇ ਰੱਖ ਵਿਹੜਾ ਪੱਟ ਦਊ ਰੇਸ਼ਮੀ ਸੂਟ ਕਿੰਨਾ ਸੋਹਣਾ ਸੂਟ ਆ ਤੇ ਤੇਰੇ ਪ੍ਰਾਹੁਣੇ ਦੀ ਵੈਲ ਦੀ ਪੱਗ ਵੈਲ ਦੀ ਪੱਗ ਕਿਉਂ ਤੇਰਾ ਪ੍ਰਾਹੁਣਾ ਹੈ ਵੀ ਤਾਂ ਵੈਲੀ ਜਿਹਾ ਰਹਿਣ ਦੇਣਾ ਸੀ ਤਾਈ ਜੀ ਸੁੱਖ ਨਾਲ ਵੀਰ ਦਾ ਵਿਆਹ ਕਰਨਾ ਅੱਗੇ ਐਵੇਂ ਬਥੇਰਾ ਖਰਚਾ ਹੋ ਜਾਣਾ ਕਿਉਂ ਰਹਿਣ ਦੇਣਾ ਸੀ ਹੈ ਚੱਲੀ ਨਾ ਹੋਏ ਤਾਂ ਰੱਖ ਲੈ ਪੁੱਤ ਤੂੰ ਤਾਂ ਅਫਸਰ ਨੇ ਛੁੱਟਣਾ ਬੈਠਣਾ ਹੁੰਦਾ ਤੂੰ ਕਿਹੜੇ ਸਾਡੇ ਵਾਂਗੂ ਚੁੱਲ੍ਹੇ ਮੁਰੇ ਸੜਨਾ ਆਹੋ ਇਹਦੀ ਸੱਸ ਤਾਂ ਹੈ ਵੀ ਬੜੀ ਕਪੱਤੀ ਉੱਚਾ ਸੁਣਦੀ ਹੈ ਨਾ ਮੈਨੂੰ ਰੱਖ ਕੇ ਆਉਣੀ ਆ ਲੈ ਪੱਕੋ ਪ੍ਰਾਹੁਣੇ ਦੀ ਪੱਗ ਸਹੁਰੇ ਦੀ ਲੋਈ ਤੇਰਾ ਤੇ ਤੇਰੀ ਸੱਸ ਦਾ ਸੂਟ ਬਹੁਤ ਤਾਈ ਇਹ ਉਹ ਸਾਨੂੰ ਇੰਨੇ ਹੌਲੇ ਸੂਟ ਹੀ ਰਹਿ ਗਏ ਸੀ ਸੰਮੀ ਭੈਣ ਨੂੰ ਤਾਂ ਤੁਸੀਂ ਭਾਰੀ ਸੂਟ ਦਿੱਤੇ ਨੇ ਲੈ ਦੱਸ ਮੈਨੂੰ ਤਾਂ ਤੁਸੀਂ ਦੋਵੇਂ ਹੀ ਇੱਕੋ ਜਿਹੀਆਂ ਹੋ ਪਰ ਕੀ ਕਰੀਏ ਪਰਿਵਾਰਾਂ ਦੇ ਹਿਸਾਬ ਨਾਲ ਸੌ ਤਰ੍ਹਾਂ ਦੇ ਵਿਚਾਰ ਕਰਨੇ ਹੀ ਪੈਂਦੇ ਆ ਕਿਉਂ ਭੈਣੇ ਮੈਂ ਮੁੜ ਕੇ ਜਰਗ ਨੀ ਹੋਣਾ ਸਹੀ ਗੱਲ ਆ ਵਾਟ ਹੀ ਬਹੁਤ ਪੈ ਜਾਂਦੀ ਆ ਮੇਰੀਆਂ ਆਪ ਪਿੰਜਣੀਆਂ ਦੋਹਾਂ ਲਾਪਿਆਂ ਜ਼ੋਰ ਲਾ ਲਾ ਕੇ ਮਖੌਲ ਵਾਲੀ ਗੱਲ ਨੀ ਹੈਗੀ
ਓਏ ਜਾਣੇ ਮੇਰੀਏ, ਵਿਆਹ ਵਾਲੇ ਘਰ ਮਾੜੇ ਮੋਟੇ ਗਲੇ ਸਿਕਰੇ ਹੁੰਦੇ ਰਹਿੰਦੇ ਆ, ਐਵੇਂ ਗੱਲ ਦਿਲ ਨੀ ਲਾਈ ਦੀ। ਮੈਨੂੰ ਆਪਣੀ ਫਿਕਰ ਨੀ ਹੈਗੀ, ਪਰ ਬੰਦਾ ਘਰ ਆਏ ਜਵਾਈ ਦਾ ਮਾਣ ਤਾਂ ਰੱਖੇ। ਮੇਰੇ ਨਾਲ ਤੂੰ ਵਿਆਹਤੀ, ਇਦੋਂ ਵੱਧ ਮਾਣ ਕੀ ਕਰਨਾ ਉਹਨਾਂ ਨੇ ਮੇਰਾ? ਐਂ ਤਾਂ ਮਨ ਨੂੰ ਜਿਵੇਂ ਮਰਜ਼ੀ ਸਮਝਾਈ ਜਾਓ। ਅੱਛਾ ਜੀ, ਲੈ ਵੀ ਜੀ ਇਹ ਗੱਲ ਆ, ਅੱਜ ਤੋਂ ਬਾਅਦ ਜੱਟ ਇੱਕੋ ਸ਼ਰਤ ਤੇ ਤੇਰੇ ਪੇਕੀ ਜਾਊਗਾ। ਕੀ? ਆਉਂਦੀ ਵਾਰੀ ਸਾਈਕਲ ਮੈਂ ਚਲਾਊਂਗਾ, ਜਾਂਦੀ ਵਾਰੀ ਸਾਈਕਲ ਤੁਸੀਂ ਚਲਾਓਗੇ। ਓਏ ਹੁਣ ਤਾਂ ਸਪਾ ਜੀ, ਆਪਾਂ ਬੰਬੂ ਕਾਟ ਨਹੀਂ ਲੈ ਸਕਦੇ? ਓਏ ਚੱਤੋ ਪੈਰ ਇੰਜਣਾਂ ਮਸ਼ੀਨਾਂ ਦੀ ਖੋਲ ਬੰਨ ਚ ਲੱਗਾ ਰਹਿਣਾ, ਭੋਰਾ ਤੇਲ ਆਪਣੇ ਦਿਮਾਗ ਨੂੰ ਵੀ ਦੇ ਲਿਆ ਕਰ। ਮੈਂ ਹੁਣ ਤੈਨੂੰ ਕਿੱਥੋਂ ਲੈ ਕੇ ਦੇਦਾ ਬੰਬੂ ਕਾਠ? ਕਿਹੋ ਜਿਹੀਆਂ ਗੱਲਾਂ ਕਰਦਾ ਚੱਲਣਾ, ਆਪਣੇ ਕੋਲੋਂ ਤਾਂ ਅਜੇ ਤੱਕ ਡੰਗਰਾਂ ਦੇ ਕੋਠੇ ਦੀ ਛੱਤ ਨੀ ਪਵਾਈ ਗਈ। ਬਾਪੂ ਜੀ ਇੱਕੋ ਵਾਰੀ ਲੈਣ ਦਾ ਖਰਚਾ ਹੀ ਹੈ ਜੀ, ਮੁੜ ਕੇ ਸਾਰੀ ਉਮਰ ਦਾ ਸੰਦ ਬਣ ਜਾਣਾ, ਆਉਣਾ ਜਾਣਾ ਵੀ ਸਖਾਲਾ ਹੋਜੂਗਾ। ਆਹੋ ਕਾਨੂੰ ਕੋ ਲੱਗਿਆ ਹੋਇਆ ਨਾ ਤੂੰ, ਅਖੇ ਆਉਣਾ ਜਾਣਾ ਸਖਾਲਾ ਹੋਜੂ। ਪੁੱਤ ਮੇਰਿਆ, ਜੇ ਦੂਜੇ ਦਾ ਮੂੰਹ ਲਾਲ ਹੋਵੇ ਨਾ ਤਾਂ ਆਪਣਾ ਚਪੇੜਾ ਮਾਰ ਕੇ ਲਾਲ ਨੀ ਕਹੀਦਾ ਹੁੰਦਾ। ਸਭ ਜਾਣਦਾ ਮੈਂ ਤੈਨੂੰ, ਬਾਪ ਆ ਤੇਰਾ, ਆਪਣੇ ਸਾਧੂ ਦੀ ਰੀਸਾ ਕਰਦਾ ਤੂੰ, ਹੋਰ ਕੀ। ਪੁੱਤ ਅਗਲੇ ਦੇ ਖੀਸੇ ਵਿੱਚ ਤੇ ਹਰ ਮਹੀਨੇ ਤਨਖਾਹ ਪੈਂਦੀ ਆ, ਤੇ ਸਾਡੇ ਵਰਗਿਆਂ ਨੇ ਸਾਲ ਛਮਾਈ ਜਾ ਕੇ ਕਿਤੇ ਪੈਸੇ ਦਾ ਮੂੰਹ ਵੇਖਣਾ ਹੁੰਦਾ। ਤੂੰ ਸਹੁਰਿਆਂ ਤੋਂ ਨਵੀਂ ਸ਼ੁਰਲੀ ਚੁੱਕ ਲਿਆ, ਆਪਣੀ ਚਾਦਰ ਵੇਖ ਕੇ ਪੈਰ ਪਸਾਰੀ ਦਾ ਹੁੰਦਾ ਹੈ ਚੰਨ। ਉਹ ਨਾਲੇ ਉਹ ਪੈਸੇ ਕਿਹੜਾ ਬੈਠੇ ਰਹਿੰਦੇ ਨੇ, ਸਾਰੇ ਦਾ ਪਹਿਲਾਂ ਲੱਗੇ ਹੁੰਦੇ ਨੇ। ਮੰਨਿਆ ਤੈਨੂੰ ਮਸ਼ੀਨਾਂ ਦਾ ਸ਼ੌਂਕ ਹੈ ਚੰਨਣਾ, ਪਰ ਇਹੋ ਜਿਹੀ ਮਸ਼ੀਨਾਂ ਨੂੰ ਕੀ ਕਰਨਾ ਜਿਹਦਾ ਕਰਜ਼ਾ ਲਾਉਂਦੇ ਉਮਰ ਲੰਘ ਜੇ। ਉਹ ਮੈਨੂੰ ਆਇਆ ਸਮਝ ਨਹੀਂ ਆਉਂਦੀ ਇਹਦੇ ਦਿਮਾਗ ਨੂੰ ਹੋਇਆ ਕੀ ਹੈ ਯਾਰ। ਨਾਲੇ ਬੰਬੂ ਕਾਰ ਨੇ ਕਿਹੜਾ ਕੁਝ ਵੱਟ ਕੇ ਦੇਣਾ, ਉਹਨੇ ਤਾਂ ਤੇਲ ਹੀ ਪੀਣਾ। ਮੈਂ ਕਿਹਾ ਜੀ ਤੁਹਾਡਾ ਪਾਣੀ ਗਰਮ ਹੋ ਗਿਆ, ਤੁਸੀਂ ਨਹਾ ਲਓ। ਜਾ ਨਹਾ ਮੇਰਾ ਪੁੱਤ। ਓਏ ਸਿਰ ਚ ਪਾਣੀ ਪਾ, ਦਿਮਾਗ ਠੰਡਾ ਹੋਵੇ ਤੇਰਾ, ਉਹ ਕਿਸੇ ਕੰਮ ਧੰਦੇ ਲੱਗ ਜਾ। ਓਏ ਕਿੱਥੇ ਲਹੂ ਪੀਤਾ ਇਹਨਾਂ ਨੇ ਮੇਰਾ। ਤੁਸੀਂ ਦੁਬਾਰਾ ਇਹ ਗੱਲ ਬਾਪੂ ਜੀ ਕੋਲੇ ਨਾ ਕਰਿਓ, ਆਪਾਂ ਨੂੰ ਨਹੀਂ ਚਾਹੀਦਾ ਬੰਬੂ ਕਾਠ। ਉਹ ਕੱਲ ਹੇਮ ਚੱਲਿਆ ਸੰਗਰੂਰ ਦੀ ਮੰਡੀ ਬੋਤਾ ਲੈ ਕੇ, ਤੂੰ ਵੀ ਗਾਵਾਂ ਲੈ ਕੇ ਨਾਲ ਜਾਈ ਉਹਦੇ। ਮੈਂ ਹਾਕਮ ਨਾਲ ਮਾਈ ਦੀ ਗੱਲ ਕੀਤੀ ਹੋਈ ਹੈ। ਆ ਲੈ ਲੋ ਜੀ, ਆ ਬਹੁਤ ਵਧੀਆ ਨਸਲ ਹੈ ਜੀ। ਹਾਂਜੀ 5 ਰੁਪਏ। ਨਹੀਂ ਨਹੀਂ ਬਾਈ, ਬਹੁਤ ਜ਼ਿਆਦਾ ਤਾਂ ਮੁੱਲ ਤਾਂ ਬਾਈ। ਨਸਲ ਕਿਹੜੀ ਆ, ਆ ਨੁਕਰਾ ਹੈ ਨੁਕਰਾ, ਇੱਧਰ ਵੇਖ ਇੱਧਰ। ਉਹ ਦੁੱਧ ਕਿੰਨਾ ਦਿੰਦੀ ਹੈ ਬਾਈ? 10 ਕਿਲੋ ਦੁੱਧ ਦਿੰਦੀ ਹੈ ਬਾਈ, 2 ਡੰਗਾਂ ਦਾ 2.5 ਰੁਪਏ। ਠੀਕ ਹੈ ਬਾਈ, 100 ਰੁਪਇਆ। ਨਹੀਂ ਯਾਰ ਇੰਨਾ ਨਹੀਂ, 50 ਰੁਪਏ ਇੱਕ, 50 ਦੋ, 80 ਰੁਪਏ, 75 ਰੁਪਏ ਦੇ ਦੇਵਾਂਗੇ ਇਹਦੇ। ਹਾਂ ਵੀ ਆ ਜਾਓ ਵੀ ਆ ਜਾਓ, ਵਧੀਆ ਨਸਲ ਦਾ ਬੋਤਾ ਹੈ, ਜੈਸਲ ਮੇਰੀ ਬੋਤਾ ਹੈ। ਐਸ ਰੇਟ ਨੂੰ ਇਹ ਜਾਨਵਰ ਨੀ ਮਿਲਦਾ, ਮੰਦਾ ਮੁੱਲ ਹੈ, 160 ਤੋਂ ਸ਼ੁਰੂ ਹੈ। ਹਾਂ ਵੀ 160 ਇੱਕ, 160 ਦੋ, 170, 170 ਬਈ ਬਿਲਕੁਲ। ਹੋਰ ਇਦੂ ਵੱਧ ਦੇਣ ਵਾਲਾ ਹੈ ਕੋਈ? ਹਾਂ ਬਈ 170 ਇੱਕ, 170 ਦੋ। ਹਾਂ ਇਦੂ ਵੱਧ ਮੁੱਲ ਲਾਉਣ ਵਾਲਾ ਹੈਗਾ ਕੋਈ ਬਈ? 170 ਤਿੰਨ। ਲੈ ਵੀ ਬਾਪੂ ਹੋ ਗਿਆ ਬੋਤਾ ਤੇਰਾ, ਹੈ ਗਣਾ ਕੇਰਾ ਰਕਮ ਇੱਧਰ। ਹਾਂ ਗਣਾ ਦੇ ਕੇਰਾ ਹੁਣ, ਗਣਾ ਲੈ ਵੀ ਫੜ। ਗਿਣੇ ਹੋਏ? ਆਹੋ ਲੈ ਬਈ, ਲੈ ਵੀ ਆਪਣੀ ਤਸੱਲੀ ਕਰ ਲੋ ਚੰਗੀ ਤਰ੍ਹਾਂ। ਹੈ ਨਾਲੇ ਦੱਸ ਦੋ ਹੁਣ, ਚੱਬਾ ਚੁੱਬਾ ਤਾਂ ਨੀ ਮਾਰਦਾ ਇਹ? ਮੈਂ ਕਹਿੰਦਾ ਇੰਨਾ ਅਸੀਲ ਹੈ, ਚਾਹੇ ਜਵਾਕ ਪਿੰਗਾ ਪਾਪਾ ਖੇਡੀ ਜਾਣ, ਬੋਤੇ ਤੇ ਨਹੀਂ ਕੁਝ ਕਹਿੰਦਾ। ਚੰਗਾ ਖੋਲ ਮਹਾਰ, ਪਾ ਬਾਪੂ ਦੀ ਝੋਲੀ ਚ ਫਿਰ। ਹਾਂ ਵੀ ਤੂੰ ਵੀ ਦੱਸ ਦੇ ਹੁਣ, ਉਪਰਾ ਉਪਰਾ ਤਾਂ ਨੀ ਕਰਦਾ ਇਹ? ਯਾਰ ਅਸੀਂ ਕਿਹੜਾ ਨਿੱਕੇ ਹੁੰਦੇ ਨੂੰ ਨਾਨਕੀ ਛੱਡ ਕੇ ਦੇਖਿਆ, ਡੰਗਰ ਪਸ਼ੂ ਆ, ਮਾੜਾ ਮੋਟਾ ਤਾਂ ਹਿਰਵਾ ਕਰਦਾ ਹੀ ਹੈ। ਆ ਲਓ ਜੀ ਬਾਪੂ ਜੀ, ਇੱਕ ਅੱਧੇ ਦਿਨ ਦੀ ਤਾਂ ਕੋਈ ਗੱਲ ਨੀ। ਹਾਂਜੀ ਹਾਂਜੀ, ਪਹਿਲਾਂ ਹੀ ਯਾਦ ਹੈ ਮੈਨੂੰ। ਲਓ ਜੀ ਰੱਬ ਵਾਧਾ ਕਰੇ। ਹਾਂ ਚੰਗਾ ਬਈ, ਚੰਗਾ ਲੈ ਮਾਲਕ ਵਾਧਾ ਕਰੂਗਾ, ਲੈ ਜਾ ਵੀ ਲੈ ਜਾ ਕੇ। ਵਧੀਆ ਹੋ ਗਿਆ ਜੀ। ਹਾਂ ਕੋਈ ਗੱਲ ਸੁਣ, ਆ ਵੀ ਨਾਲ ਪਾਲੇ ਜਿੱਬੀ ਚ 190 ਨੇ, ਦੇਖ ਲੈ ਚਰਨਾ। ਮਾਤਾ ਰਾਣੀ ਦੀ ਕਿੰਨੀ ਕਿਰਪਾ ਹੈ, ਇੰਨੇ ਇਕੱਠੇ ਪੈਸੇ ਮੈਂ ਕਦੇ ਨੀ ਦੇਖੀ। 350 ਸੌ ਲੱਗੇ ਢਾਂਡੀ ਦੀ। ਮੇਰਾ ਆਪ ਜੀ ਕਰੀ ਜਾਂਦਾ ਸਾਰਾ ਸੰਗਰੂਰ ਸ਼ਹਿਰ ਖਰੀਦਣਾ, ਸਣੇ ਬਣਾਸਰ ਬਾਗ। ਉਹ ਇੱਕ ਮਿੰਟ, ਆਪਾਂ ਸੰਗਰੂਰ ਨਾਲ ਚੱਲੀ ਚਾਹ ਪੀਣ? ਉੱਥੇ ਚਿੜੀਆਂ ਦੁੱਧ ਵੀ ਮਿਲਦੇ, ਬਹਿ ਕੇ ਬਾਹਰ ਪੀ ਲਾ ਢਾਬੇ ਤੇ। ਉਹ ਨਹੀਂ ਸੰਗਮ ਹੋਟਲ, ਉੱਥੇ ਪੱਖਾ ਘੁੱਕਦਾ ਬਿਜਲੀ ਵਾਲਾ, ਆਪਣੇ ਪਿੰਡ ਦਾ ਪਤਾ ਨਹੀਂ ਕਦੋਂ ਬਿਜਲੀ ਆਵੇ। ਲੈ ਹਾਂ ਆ ਚੱਲੀਏ, ਆ ਜਾ। ਕਿਉਂ ਘੁੱਕਦਾ ਨਾ ਉਰੀ ਵਾਂਗੂ? ਪਰ ਇੰਜਣ ਕਿੱਥੇ ਇਹਦਾ? ਉਹ ਤਾਂ ਛੱਤ ਤੇ ਪਿਆ ਹੋਣਾ।
ਬਈ ਆ ਕਦੋਂ ਚੱਲੇ ਜੀ ਬੰਬੂ ਘਾਟ? ਉਹ ਚੱਲੇ ਨੂੰ ਤਾਂ ਬਹੁਤ ਸਾਲ ਹੋ ਗਏ, ਪਰਮੇਸ਼ਰ ਸਾਲ ਲਿਆ। ਐਨਫੀਲਡ 500 ਸੀਸੀ ਕਹਿੰਦੇ ਇਹਨੂੰ। ਕੀ 500 ਸ਼ੀਸ਼ੀਆਂ ਵੀ ਨਾਲ ਰੱਖਣੀਆਂ ਪੈਂਦੀਆਂ? ਕੀ ਗੱਲ, ਬੰਬੂ ਘਾਟ ਨੂੰ ਖੰਘ ਹੋਈ ਪਈ ਹੈ? ਤਾਂ ਹੀ ਮੈਨੂੰ ਲੱਗਦਾ ਧੁੱਗ ਧੁੱਗ ਜਾ ਕਰਕੇ ਚੱਲਦਾ ਹੁੰਦਾ ਇਹ। ਓਏ ਖੰਘ ਨਹੀਂ, ਸ਼ਕਤੀ ਆ ਦੀ 500 ਸੀਸੀ। ਸ਼ਕਤੀ? ਬੰਬੂ ਘਾਟ ਕਿ ਕੋਈ ਦੇਵੀ ਦੇਵਤਾ ਹੀ ਲਈ ਫਿਰਦਾ ਬਾਈ? ਦੇਵੀ ਦੇਵਤਾ ਹੀ ਸਮਝ, ਝੋਟੇ ਜਿੰਨੀ ਜਾਨ ਐ ਚ। ਕੋਈ ਸ਼ੱਕ ਨਹੀਂ ਬਾਈ, ਲਾਜਵਾਬ ਚੀਜ਼ ਬਣਾਈ ਹੈ ਬਾਈ। ਓਏ ਹੋਏ, ਸ਼ਰੀ ਕਰਿਆ ਪਿਆ ਬਾਈ। ਬਾਈ ਤਾਂ ਲੈਟ ਵੀ ਸੁੱਕਣਾ, ਝੋਟੇ ਦੇ ਸਿਰ ਅਰਗੀ ਆ। ਕਿੰਨੇ ਦਾ ਬਾਈ ਇਹ? 2,500 ਦਾ ਲੈਣਾ ਸੀ। ਨਹੀਂ ਬਾਈ, ਮੈਂ ਤਾਂ ਸੁਪਨਾ ਹੀ ਲੈਣਾ ਸੀ। ਸੁਪਨਾ ਤੇਰਾ ਪੂਰਾ ਕਰ ਦਿੰਨੇ ਆ ਬਾਈ। ਉਹ ਪੁੱਛਣਾ ਤਾਂ ਨਹੀਂ ਬਣਦਾ, ਕਿੰਨੇ ਦਾ ਵੇਚਣਾ ਬਾਈ? ਮੁੱਲ ਤਾਂ ਬਹੁਤ ਆ, ਮੈਨੂੰ ਹੈਗੀ ਪੈਸਿਆਂ ਦੀ ਲੋੜ, 1200 ਦਾ ਦੇ ਦੇਣੇ। ਲੈ, ਇਹ ਤਾਂ ਫਿਰ ਨਾ ਵੇਚਣ ਵਾਲੀਆਂ ਗੱਲਾਂ ਹੀ ਹੋਈਆਂ ਬਾਈ। 1200 ਜ਼ਿਆਦਾ ਬਾਈ ਮੇਰੇ ਲਈ। ਉਹ ਚੰਗਾ ਯਾਰ, ਤੇਰਾ ਹੁਣ ਮੈਂ ਦਿਲ ਨਹੀਂ ਤੋੜਦਾ, 1000 ਦੇ ਦੀ। 1000 ਵੀ ਜ਼ਿਆਦਾ ਬਾਈ। ਉਹ ਬਾਈ ਯਾਰ, ਜੇ ਤੂੰ 500 ਚ ਵੀ ਛੱਡਿਆ ਸੀ ਤਾਂ ਵੀ ਨਹੀਂ ਲੈ ਸਕਦੇ, ਸਾਡੇ ਕੋਲ ਹੈ ਹੀ ਨਹੀਂ। ਕਮਾਲ ਦੀ ਗੱਲ ਹੈ ਯਾਰ, 900 ਦੇ ਚੱਲ। ਨਾ, 800। ਯਾਰ ਤੂੰ ਕਿਉਂ ਬੋਲੀ ਜੀ ਤੋੜੀ ਜਾਂਦਾ? 350 ਰੁਪਏ ਆਪਣੇ ਕੋਲੇ, ਉਹ ਵੀ ਘਰੇ ਦੇਣਾ। ਮੋਜੀ ਵਾਲੇ 5 ਰੁਪਏ ਨੇ ਆਪਣੇ ਕੋਲੇ ਸਿਰਫ, ਉਹਦਾ ਕਿਹੜਾ ਲੈ ਲੇਗਾ ਹੈਲੀਕਾਪਟਰ ਤੋਂ? ਪੰਡਤਾ ਮੈਂ ਗੱਲ ਮੰਨਦਾ, ਪਰ ਸਾਲਾ ਸਵਾਦ ਹੀ ਬਾਲਾ ਜਾਂਦਾ ਬੋਲੀ ਲਾ ਕੇ। ਘਰ ਦੇ ਆਪਣੀ ਹੱਡੀਆਂ ਤੋੜ ਕੇ ਵੀ ਸਵਾਦ ਪੂਰਾ ਲੈਣਗੇ। ਉਹ ਮੇਰੀ ਛੱਡ ਯਾਰ, ਤੂੰ ਦੱਸ ਕਿੰਨੇ ਦਿਨਾਂ ਬਾਈ? ਮੇਰੇ ਕੋਲੇ ਉੱਕਾ ਬੁੱਕਾ 300 ਰੁਪਏ। ਉਹ ਪਤੰਦਰਾ, ਇਹਨਾਂ ਦਾ ਤਾਂ ਬੀਕਾਨੇਰੀ ਬੋਤਾ ਨਹੀਂ ਆਉਂਦਾ, ਹੋਰ ਵੱਧ ਮਾੜੇ ਮੋਟੇ। ਅਸੀਂ ਨਹੀਂ ਲੈਣਾ ਬਾਈ, ਆਪਦੇ ਨੂੰ ਲੈ ਜਾ ਤੂੰ। ਬਾਈ ਅਖੀਰਲੀ ਗੱਲ, 350, 5 ਉੱਤੇ ਨੀ, 5 ਥੱਲੇ ਨੀ। ਲਿਆ ਯਾਰ, ਚੱਲ ਛੱਡ, ਲਿਆ ਕੱਢ। ਮੰਨ ਜਾ ਓਏ ਬਾਈ ਬਣ ਕੇ, ਪੜਤਾ ਇਤੂ ਸਸਤਾ ਬੰਬੂ ਘਾਟ ਨਹੀਂ ਮਿਲ ਸਕਦਾ ਓਏ। ਉਹ ਤੂੰ ਘਰ ਦੇ ਤੂੰ ਝੁੰਡੇ ਪਟਾਵੇਂਗਾ? ਉਹ ਝੁੰਡੇ ਪਟਾ ਕੇ ਵੀ ਇਹੋ ਜਿਹਾ ਸੌਦਾ ਮਾੜਾ ਨਹੀਂ ਯਾਰ ਓਏ। ਕੋਈ ਰੂਸੀ ਰਾਕਟ ਤੇ ਬਹਿ ਕੇ ਚੰਨ ਤੇ ਜਾਣ ਦਾ ਇੰਨਾ ਸਵਾਦ ਨਹੀਂ ਆਉਂਦਾ ਜਿੰਨਾ ਇਹ ਤੇ ਬਹਿ ਕੇ ਸੌਰੀ ਜਾਣ ਦਾ। ਮੰਨ ਲੈ ਯਾਰ, ਮੰਨ ਲੈ ਯਾਰ ਬਾਈ ਨੀ ਫੜਾ ਦੇ ਯਾਰ। ਹਾਲੇ ਵੀਰੇ ਲੈ ਫੜ ਤੇ ਕਰ ਲਾ ਆਪਦੇ ਸੁਪਨੇ ਪੂਰੇ, ਨਾਲੇ ਸਾਰੀ ਜ਼ਿੰਦਗੀ ਯਾਦ ਰੱਖੇਗਾ ਮੈਨੂੰ। ਉਹ ਇਹਨੂੰ ਲੈ ਕੇ ਕਿਵੇਂ ਜਾਵਾਂਗੇ? ਕਿਹੜਾ ਬਲਦਾ ਵੀ ਨੱਥ ਫੜ ਕੇ ਲੈ ਜਾਵਾਂਗੇ? ਆਉਂਦਾ ਤਾਂ ਮੈਨੂੰ ਵੀ ਨਹੀਂ। ਉਹ ਛੇਤੀ ਸਿੱਖ ਲਓ ਚੱਲਣਾ, ਤਾਂ ਤਾਂ ਲੋਕ ਆਖਣਗੇ ਬੰਬੂ ਕੱਢਦੇ ਕੁੱਤੇ ਫੇਲ ਨੇ। ਹਾਏ ਹੋਏ, ਉਹ ਇਹਨੂੰ ਤਾਂ ਮੈਨੂੰ ਤਾਂ ਕੈਂਚੀ ਵੀ ਨਹੀਂ ਚਲਾ ਸਕਦੇ ਆਪਾਂ, ਇਹਦੇ ਨਾਲ ਤਾਂ ਬਹੁਤਾ ਹੀ ਚੰਗਾ ਸੀ। ਆਹੋ ਬਹੁਤਾ ਤਾਂ ਬਹੁਤ ਕੈਂਚੀ ਚਲਾਉਂਦਾ ਰਹਿਣਾ ਤੂੰ, ਉਹਨੂੰ ਇੱਛ ਇੱਛ ਕਰਕੇ ਬਿਠਾ ਤਾਂ ਲੈਂਦੇ ਸੀ, ਇਹ ਸੁਗਾਤ ਲੈ ਤਾਂ ਲਈ, ਹੁਣ ਘਰੇ ਜਾ ਕੇ ਕੀ ਦੱਸਾਂਗੇ? ਓ ਇੱਧਰ ਆ, ਪਰਦੇ ਦੀ ਗੱਲ ਕਰਨੀ ਕੋਈ? ਓਏ ਉਰੇ ਆ। ਹਾਂ ਦੱਸ। ਲੁੱਟੇ ਗਏ? ਓ ਜਾ ਕੁਰੇ, ਬੇਬੇ ਮੇਰਾ ਗਲਾ ਘੁੱਟਦਾ ਬੇਬੇ, ਐ ਸਵਾ ਪਾ ਕੇ ਨਾ, ਐ ਕਰਕੇ ਗਲਾ ਘੁੱਟਾ ਬੇਬੇ, ਰੱਜ ਕੇ ਫੈਂਟਾ ਲਾਇਆ ਬੇਬੇ ਆਮਦਾ ਉਹਨਾਂ ਨੇ ਬਾਅਦ ਚ, ਇੱਥੇ ਵਧੀ ਨੂੰ ਬਚਿਆ ਬੇਬੇ। ਸ਼ੁਕਰ ਕਰ ਜਾਣ ਬਚ ਗਏ, ਜਾਨੀ ਨਾੜਾ ਖੁੱਲ ਜਾਣਗੀਆਂ। ਬਾਪੂ ਜੀ ਸਾਡਾ ਸਾਰਾ ਕੁਝ ਲੈ ਗਏ, ਖੋ ਕੇ ਪੈਸੇ ਵੀ ਲੈ ਗਏ ਸਾਰੇ, ਪੈਸਿਆਂ ਦੀ ਖਾਧੀ ਘੜੀ ਆ, ਫੇਰ ਕਮਾਏ ਜਾਣਗੇ। ਸ਼ੁਕਰ ਕਰੋ ਤੁਹਾਡੀ ਜਾਨ ਬਚ ਗਈ। ਓਏ ਇੰਨੇ ਪੈਸੇ ਕਿੱਥੋਂ ਕਮਾ ਲੈਣਗੇ? ਹੈ ਦੋਵੇਂ ਤਾਂ ਵਿਹਲਣ ਨੇ, ਨਿਕੰਮੇ ਕਿਸੇ ਥਾਂ ਦੇ। ਅਹੇ ਚੁੱਪ ਕਰ ਜਾ ਤੁਸੀਂ, ਵੇਲਾ ਕਿ ਵੇਲਾ ਵੇਖ ਲੈ ਕਿਤੇ ਮੇਰੇ। ਓ ਮੈਂ ਕੀ ਚੁੱਪ ਕਰ ਜਾ, ਦੋਹੇ ਘੋੜਿਆਂ ਵਰਗੇ ਪਏ ਨੇ, ਥੋਤੋਂ ਕੁਝ ਨਹੀਂ ਸਜਾ, ਚਾਰ ਚਾਰ ਮਾਰਦੇ ਮੋਰਾਂ ਚ। ਅਸੀਂ ਮਹਾਰਾਣੇ ਪ੍ਰਤਾਪ ਆ ਬਾਪੂ ਜੀ, ਲੋਕਾਂ ਵੀ ਗਏ ਸੀ। ਕਿਉਂ ਨੀ ਸਰਿਆ? ਅਸੀਂ ਵੀ ਮਾਵਾਂ ਭੈਣ ਦੀਆਂ ਗੱਲਾਂ ਕੱਢੀਆਂ ਉਹਨਾਂ ਨੂੰ, ਫੇਰ ਨੀ ਪਿੱਛੇ ਮੁੜ ਕੇ ਦੇਖੇ ਸਾਲੇ। ਓਏ ਸ਼ਰਮ ਕਰੋ, ਸ਼ਰਮ ਸ਼ਰਮੋ, ਡੁੱਬ ਕੇ ਮਰ ਜਾਓ ਕਿਸੇ ਨਹਿਰ ਚ, ਚੰਮਣ ਨੂੰ ਪਈਆਂ ਸੀ ਜਿਣਸਾਂ, ਆ ਗਏ ਛੱਤਰ ਖਾ ਕੇ। ਮਰ ਜਾਓ ਪੁੱਤ, ਮਾਵਾਂ ਜਦ ਕਿਹੋ ਜੀਆਂ ਗੱਲਾਂ ਕਰਦੇ ਨੇ ਇਕਲੇੜਾ। ਹਾਏ ਮੇਰੇ ਪੁੱਤ, ਬੇਬੇ ਜੇ ਤੁਹਾਨੂੰ ਕਢਾ ਜਾਂਦਾ ਤਾਂ ਮਾਂ ਕੀ ਕਰਦੀ? ਪੁੱਤ ਉਹਨਾਂ ਤਾਂ ਨੇ ਤੇਲ ਨਹੀਂ ਪੀਣਾ ਜਿੰਨਾ ਮੇਰਾ ਲਹੂ ਪੀ ਗਿਆ ਹੈ। ਆਹੋ ਖੜ ਜਾ। ਓਏ ਕਿੱਥੋਂ ਚੱਲੂਗਾ ਇਹ? ਇਹਦੇ ਕਿਤੇ ਹੈਂਡਲ ਹੁੰਡਲ ਪਊਗਾ ਜਾਂ ਪੁਲੀ? ਖੜ ਜਾ ਯਾਰ, ਆਪੇ ਸੰਭੂ। ਕੀ ਹੈ ਇੱਥੇ?
ਆ ਜਾ ਬਹਿ ਜਾ ਕੁੰਜੀ। ਚੱਲ ਬੁਝ ਫਿਰ। ਹਾਂ ਹਾਰ ਗਿਆ। ਉਹ ਭਰਾਵਾ ਇੰਨੀ ਛੇਤੀ ਹਾਰ ਗਿਆ, ਸਾਨੂੰ ਨੀ ਸੀ ਪਤਾ ਤੂੰ ਸਾਡੇ ਨਾਲ ਵੀ ਨਿਕੰਮਾ ਹੋਵੇਗਾ। ਚੱਲ ਮੈਨੂੰ ਹੀ ਕਰਨਾ ਪਊ ਕੁਛ। ਉੱਥੇ ਆ ਗਈ ਮੋਰੀ, ਆਸੀ ਇਹਦੇ ਚ ਪਾ, ਆਹ ਤੇਲ ਵਾਲੀ ਢੋਲੀ ਹੈ। ਉਹ ਕਰ ਦੇ ਯਾਰ ਬਾਹਰ ਕੱਢ ਨੂੰ। ਉਹ ਕੀ ਆ ਯਾਰ, ਉਹ ਮੈਨੂੰ ਭੁੱਖ ਲੱਗੀ ਆ, ਮੈਂ ਰੋਟੀ ਖਾਣੀ ਆ। ਮੇਰੀ ਮੰਨੋ, ਤੁਸੀਂ ਡੋਲੂ ਚ ਪਵਾ ਲਓ। ਉਹ ਅਸੀਂ ਲੱਸੀ ਲੈਣਾ ਡੋਲੂ ਨੂੰ। ਇੱਥੇ ਪਾ। ਲਓ ਜੀ ਸਰਦਾਰ ਜੀ, ਖਿੱਚ ਲਓ ਮੈਂ ਤਿਆਰੀਆਂ। ਹਾਂਜੀ, ਆਪਣੇ ਸਰਦਾਰ ਦਿਆ ਸਿੰਘ ਦੇ ਪੁੱਤਰ ਲੱਖਾ ਸਿੰਘ ਦਾ ਵਿਆਹ ਗਿਆ ਜੀ, ਚੜ੍ਹਦੇ ਚੇਤ ਦਾ। ਪੂਰੀ ਤਿਆਰੀ ਨਾਲ ਪਹੁੰਚਣਾ ਜੀ। ਵਧਾਈਆਂ ਵੀ ਵਧਾਈਆਂ। ਆ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਹਾਂਜੀ, ਆ ਪ੍ਰਾਹੁਣੇ ਆ, ਤੁਸੀਂ ਵੀ ਪਹਿਲਾਂ ਆ ਜਾਣਾ। ਪੱਕਾ ਹੀ ਪੱਕਾ, ਪ੍ਰਾਹੁਣੇ ਨੂੰ ਤਾਂ 6 ਮਹੀਨੇ ਹੋ ਗਏ ਟਰੰਕ ਤਿਆਰ ਕਰਦੇ ਨੇ। ਹੁਣ ਮੈਂ ਹਿਸਾਬ ਲਾਇਆ, ਬਹੁਤੀਆਂ ਜਨਾਨੀਆਂ ਸਹੁਰੀ ਜਾ ਕੇ ਮੂੰਹ ਕਸੁੰਨਰ ਕਾ ਬਣਾ ਕੇ ਰੱਖਦੀਆਂ। ਤੂੰ ਪਹਿਲੀ ਆ ਜਿਹਦੀ ਪੇਕੇ ਨਾਲ ਨੀ ਬਣਦੀ। ਹੋਰ ਕੀ, ਸਾਡੇ ਗਿਆਂ ਦਾ ਕਿਹੜਾ ਉਹਨਾਂ ਨੇ ਕੋਈ ਚਾਹ ਕਰਨਾ ਹੁੰਦਾ। ਬਸ ਸਾਰਿਆਂ ਨੇ ਰੇਸ਼ਮ ਭਾਈ ਅਜੀ ਦੇ ਆਲੇ ਦੁਆਲੇ ਫਿਰੀ ਜਾਣਾ। ਓਏ, ਸਾਰੀਆਂ ਦਾਤਾਂ ਰੱਬ ਦੇ ਹੱਥ ਹੁੰਦੀਆਂ ਨੇ। ਪਰ ਤੁਸੀਂ ਕੋਈ ਗੱਲ ਦਿਲ ਤੇ ਨੀ ਲਾਉਣੀ, ਤੁਹਾਡਾ ਸਤਿਕਾਰ ਮੇਰੇ ਪੇਕਿਆਂ ਬੂਹੇ ਘੱਟ ਹੋਊ, ਪਰ ਮੇਰੇ ਦਿਲ ਚ ਸਭ ਨਾਲੋਂ ਵੱਧ ਆ। ਓਏ ਹੋਏ, ਆ ਕੀਤੀ ਈਰਸਿਆਲ ਵਾਲੀ ਗੱਲ ਬਈ। ਓਵੇ ਮੈਨੂੰ ਰੇਸ਼ਮ ਭਾਈ ਅਜੀ ਦਾ ਬੰਬੂ ਕਾਟ ਵਧੀਆ ਵੀ ਨੀ ਲੱਗਦਾ, ਮੈਨੂੰ ਤਾਂ ਤੁਹਾਡਾ ਸਾਈਕਲ ਹੀ ਵਾਈ ਜਾਜ ਵਰਗਾ। ਚੱਲ ਇਹ ਕਿੱਦਾਂ ਨੂੰ ਮੋੜੀ ਜਾਂਦੇ ਹੋ, ਘਰ ਦਾ ਵਿਆਹ ਜਾਣਾ ਹੀ ਆ, ਹੁਣ ਏਦਾਂ ਦਾ ਨਾ ਗੁੱਸਾ। ਕੋਈ ਨਾ, ਜੇ ਤੇਰੀ ਵੀ ਟੌਰ ਬੰਦੀ ਆ। ਆਪਣਾ ਹੀ ਆ। ਮੈਨੂੰ ਤਾਂ ਡਰ ਲੱਗਦਾ। ਓਏ ਘਬਰਾ ਨਾ, ਤੈਨੂੰ ਨਹੀਂ ਚਲਾਉਂਦਾ, ਮੈਂ ਆਪੇ ਚਲਾਉਂਗਾ। ਬਹਿ ਜਾ। ਹੈਲਮੈਟ
ਆਪਣੇ ਪੇਕਿਆਂ ਨੂੰ ਸਮਝਾ ਦੀ ਜੇ ਕਿਸੇ ਨੇ ਬੰਬੂ ਗਾਰਡ ਦੇ ਕੋਲੇ ਖੜਾ ਹੋਣਾ ਨਾ ਨਹਾ ਧੋ ਕੇ ਖੜਾ ਹੋਵੇ ਜੀ ਮੇਰੀ ਫੁਲਕਾਰੀ ਕਿਵੇਂ ਲੱਗ ਰਹੀ ਹੈ ਸੂਟ ਨਾਲ ਉਹ ਮੈਂ ਧੂਰੀ ਵਾਲਾ ਕਾਂਟਾ ਖਿੱਚਿਆ ਤੂੰ ਵਾਲੇ ਵਾਲੀ ਪੱਟੜੀ ਤੇ ਜਾ ਪਈ ਹਾਂਜੀ ਕੀ ਕਿਹਾ ਉਹ ਮੈਂ ਕਿਹਾ ਵੀ ਜਿੰਨੇ ਦਿਨ ਵੀ ਹੁਣ ਵਿਆਹ ਚੱਲੂ ਨਾ ਵਿਆਹ ਦੇ ਵਿੱਚ ਆ ਬੰਬੂ ਗਾਰਡ ਸੰਦੂਕ ਵਾਲੇ ਕਮਰੇ 'ਚ ਖੜੂਗਾ ਪਰ ਉੱਥੇ ਤਾਂ ਬਾਬਾ ਜੀ ਪੈਂਦੇ ਆ ਉਹ ਚਾਰ ਦਿਨ ਬਾਹਰ ਪੈ ਜੂਗਾ ਤੇਰਾ ਬਾਬਾ ਉਹਦਾ ਕਿਹੜਾ ਰੰਗ ਲੈਂਦਾ ਇਹ ਅੱਜ ਦੀ ਚੀਜ਼ ਆ ਬਾਬਾ ਤੁਹਾਡਾ ਉਸ ਜ਼ਮਾਨੇ ਦਾ ਜਦੋਂ ਫੌਜਾਂ ਵੀ ਚਪੇੜਾਂ ਨਾਲ ਲੜਦੀਆਂ ਹੁੰਦੀਆਂ ਸੀ ਗੱਲਾਂ ਕਰਦੀ ਆ ਓਏ ਆ ਸਾਈਕਲ ਦੀ ਲੀਹ ਕਿਵੇਂ ਡਿੱਕ ਡੋਲੇ ਜੇ ਖਾਂਦੀ ਜਾਂਦੀ ਆ ਲੱਗਦਾ ਤੂਈ ਵਾਲਾ ਪੱਠੇ ਪੁੱਠੇ ਪਾ ਕੇ ਤੜਕੇ ਨਿਕਲ ਗਿਆ ਕੋਈ ਨਾ ਆ ਗਿਆ ਮੈਂ ਵੀ Alcohol consumption is injurious to health. ਸ਼ਰਾਬ ਪੀਣਾ ਸਿਹਤ ਵਾਸਤੇ ਹਾਨੀਕਾਰਕ ਹੈ. ਉਹ ਬੱਲਾ ਚੰਨਣ ਸਿਆ ਇਹ ਬੰਬੂ ਕਾਟ ਕਿਹਦਾ ਬਾਈ ਆਪਣੇ ਆ ਬਾਪੂ ਜੀ ਤੇਰੇ ਤੂਹੀ ਵਾਲਿਆ ਇਹ ਕਦੋਂ ਲਿਆ ਇਹਦੇ ਤੇ ਖਾਸੇ ਨੋਟ ਲੱਗੇ ਹੋਣਗੇ ਜਿੰਨਾ ਖਾਣਾ ਬੰਦਾ ਥੋੜੀ ਖਰੀਦ ਸਕਦਾ ਉਹ ਤਾਇਆ ਜੀ ਨਾ ਨੋਟਾਂ ਨੇ ਰਹਿਣਾ ਨਾ ਬੰਦੇ ਨੇ ਰਹਿਣਾ ਜਦੋਂ ਹੱਥ ਜਾ ਪੈਂਦਾ ਹੋਵੇ ਬੰਦੇ ਨੂੰ ਰੀਝਾਂ ਪਕਾ ਲੈਣੀਆਂ ਚਾਹੀਦੀਆਂ ਨੇ ਗੱਲ ਤਾਂ ਨਹੀਂ ਸਹੀ ਆ ਆਜੋ ਜੀ ਚੱਲ ਆਜੋ ਵੀ ਆਜੋ ਭੇਜਾ ਭੇਜਾ ਤੂੰ ਵੀ ਭੇਜਾ ਓਏ ਨਾ ਹੋਵੇ ਲੱਖ ਇਹਦਾ ਵਿਚਰ ਚ ਕੁਛ ਓ ਤੂੰ ਇੱਥੋਂ ਡੱਕਾ ਜਾ ਚੱਕ ਕੇ ਫਟਾਫਟ ਆਲੇ ਜਾਲੇ ਗੇੜਾ ਦੇ ਐਵੇਂ ਨਿਆਣੇ ਦੋ ਦੂੰਗੇ ਕੋਈ ਨਾ ਚੜ ਜਾਓ ਉਹ ਤਾਇਆ ਜੀ ਖੇਡਣ ਤੋਂ ਨਿਆਣਿਆਂ ਨੂੰ ਉਹ ਮਸ਼ੀਨਾਂ ਬੰਦੇ ਵਾਸਤੇ ਬਣੀਆਂ ਬੰਦਾ ਥੋੜਾ ਮਸ਼ੀਨ ਵਾਸਤੇ ਬਣਿਆ ਹੈ ਕਿ ਨਹੀਂ ਇਹ ਵੀ ਗੱਲ ਸਹੀ ਆਉਂ ਤਾਂ ਮੈਂ ਤਾਂ ਕਹਿੰਦਾ ਤੁਸੀਂ ਵੀ ਝਾਟੀ ਲੈ ਕੇ ਧਰਮ ਨਾਲ ਰੂਹ ਖਿੜ ਜਾਂਦੀ ਹੈ ਬਈ ਨਾ ਉਹ ਬਾਬਾ ਨਾ 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 ਮੱਲਾ ਇਸ ਉਮਰ ਚ ਗੋਡਾ ਕਿੱਟਾ ਟੁੱਟ ਗਿਆ ਜੁੜਨਾ ਨੀ ਮੈਂ ਤਾਂ ਜਮੀ ਨੀ ਬਹਿੰਦਾ ਫਿਰ ਕੁੜੇ ਪੱਕੋ ਤੁਸੀਂ ਨੂੰ ਪਹਿਲਾਂ ਕਿਉਂ ਨਾ ਦੱਸਿਆ ਅਸੀਂ ਤੂੰ ਹੀ ਆ ਕੇ ਵਧਾਈਆਂ ਦੇ ਆਉਂਦੇ ਮੈਨੂੰ ਤਾਂ ਆਪ ਅੱਜ ਪਤਾ ਲੱਗਿਆ ਬੇਬੇ ਪੱਕੋ ਧੀਏ ਵਧਾਈਆਂ ਹੁਣ ਤਾਂ ਤੇਰੀ ਵੀ ਸੰਮੀ ਜਿੰਨੀ ਟੌਰ ਹੋ ਗਈ ਕਿਹੜਾ ਬੰਬੂ ਕਾਟ ਵੱਡਾ ਆ ਵਾਲਾ ਇਹ ਪਹਿਲਾਂ ਵਾਲਾ ਲੈ ਇਹ ਤਾਂ ਗਦੀ ਜੀ ਲੱਗਦਾ ਪਹਿਲਾਂ ਨੇ ਮੂਰੇ ਘਰੇ ਕਿਹੜੀ ਸੋਨੇ ਦੀ ਖਾਨ ਲੱਭੀ ਤੁਹਾਨੂੰ ਜਿਹੜਾ ਘਰ ਦਾ ਵੱਡਾ ਜਵਾਈ ਦਿਖਿਆ ਹੀ ਨਹੀਂ ਅਫਸਰ ਇਹ ਜੀ ਕੋਈ ਗੱਲ ਨਹੀਂ ਆ ਦੇਖੋ ਤੁਹਾਡਾ ਤੂਹੀ ਵਾਲਾ ਸਾਡੂ ਕੀ ਲੈ ਕੇ ਆਇਆ ਦੇਖ ਲਿਆ ਕਿਤੇ ਰੌਕਟ ਨਹੀਂ ਚੱਕ ਲਿਆ ਇਹ ਐਵੇਂ
ਫੰਟਾਸਟਿਕ ਜਿਹਾ ਬੰਬੂ ਕਾਟ ਹੈ। ਕਿਉਂ ਤੁਹੀ ਵਾਲਿਆ, ਕਿੱਥੋਂ ਮੰਗ ਕੇ ਲੈ ਕੇ ਆਇਆ? ਆਪਣਾ ਹੀ ਹੈ ਬਾਈ ਜੀ। ਨਾਲੇ ਬਾਈ ਜੀ ਉਹ ਮੈਂ ਸੰਧ ਵਾਲੀ ਰਸਮ ਪੂਰੀ ਕਰਤੀ ਸੀ, ਰੁਮਾਲ ਨੀ ਚੱਕਿਆ ਤੁਸੀਂ? ਇਹ ਰੁਮਾਲ ਰਮੂਲ ਚੱਕਣਾ ਖੇਤੀਬਾੜੀ ਵਾਲਿਆਂ ਦਾ ਕੰਮ ਹੁੰਦਾ। ਮੈਂ ਚੜੇ ਮਹੀਨੇ ਰਾਸ਼ਟਰਪਤੀ ਦੇ ਖਾਤੇ ਚੋਂ 700 ਰੁਪਏ ਤਨਖਾਹ ਚੱਕਦਾ, ਰੁਮਾਲ ਨੀ। ਖੈਰ ਚਲੋ ਬਾਈ, ਚਲੋ ਚਲੋ ਬੇਟਾ ਅੰਦਰ, ਚਲੋ ਚਲੋ ਬੇਟਾ, ਚਲੋ ਭਾਈ ਨਾਲੇ ਚਾਹ ਬਣਾ ਲਓ। ਮੇਰੇ ਤਾਂ ਰੁਮਾਲ ਵੀ ਯਾਰ ਬੂਟੀਆਂ ਵਾਲਾ ਸੀ। ਦੇਖੋ ਬੰਬੂ ਘਾਟ ਅੱਜ ਕੱਲ ਆਮ ਜੀ ਗੱਲ ਹੋ ਗਈ, ਜਣਾ ਖਣੀ ਚੱਕੀ ਫਿਰਦਾ, ਪਰ ਅਫਸਰੀ ਵਾਲੀ ਗੱਲ ਅਫਸਰੀ ਵਾਲੀ ਹੈ ਕਿ ਨਹੀਂ ਜੀ? ਲਓ ਜੀ ਚਾਹ ਲਓ। ਥੈਂਕ ਯੂ। ਨਹੀਂ ਕਾਕਾ ਜੀ, ਤੁਹਾਡੀ ਵੀ ਚੀਨੀ ਵਾਲੀ ਚਾਹ ਹੈ। ਇੱਕ ਮਿੰਟ ਸੰਮੀ। ਹਾਂਜੀ। ਆ ਚੀਨੀ ਵਾਲੀ ਚਾਹ ਪੀ ਪੀ ਕੇ ਤਾਂ ਆਪਾਂ ਅੱਕੇ ਪਏ ਆ। ਐ ਕਰੋ, ਮੇਰੇ ਬੈਗ ਚੋਂ ਨਾ ਕਾਫੀ ਵਾਲੀ ਡੱਬੀ ਕੱਢ ਕੇ ਐਨ ਬੁਲਸ਼ਿਟ ਜੀ ਕਾਫੀ ਬਣਾਓ ਕੈਂਟ ਜੀ, ਫੇਰ ਆਊ ਸਵਾਦ। ਕਾਫੀ ਕਾਫੀ ਆਉਂਦੀ ਹੈ। ਉਹ ਲਿਆ ਵੀ ਲਿਆ ਕਾਕਾ। ਹਲੋ ਜੀ, ਚੱਲ ਵੀ ਟੱਕਣ ਅੰਗਰੇਜ਼ੀ ਦਾ। ਤਾਂ ਯੂ ਅੰਗਰੇਜ਼ੀ ਕਦੇ ਪੀਤੀ ਤਾਂ ਹੈ ਨੀ, ਮੈਂ ਸੁਣਿਆ ਸਿਰ ਫੜਦੇ ਤੜਕੇ। ਓਏ ਆ ਅੰਗਰੇਜ਼ੀ ਦਾਰੂ ਜਾਂ ਤਾਂ ਅੰਗਰੇਜ਼ਾਂ ਦੇ ਹਜਮ ਹੁੰਦੀ ਹੈ, ਜਾਂ ਫਿਰ ਰੇਸ਼ਮ ਸਿੰਘ ਵਰਗੇ ਬੁਲਸ਼ਿਟ ਅਫਸਰਾਂ ਦੇ। ਕੀ ਚੀਜ਼ਾਂ ਜੀ? ਬੁਲਸ਼ਿਟ? ਓਏ ਬੁਲਸ਼ਿਟ ਨੀ, ਬੁਲਸ਼ਿਟ ਮਤਲਬ ਘੈਂਟ ਪੂਰਾ ਟਿਕਾ ਕੇ। ਤੁਹਾਨੂੰ ਤਾਂ ਪਤਾ ਹੀ ਹੈ, ਤਾਈ ਹੁਣਾਂ ਦੇ ਘਰੇ ਅੰਗਰੇਜ਼ ਆਮ ਹੀ ਆਉਂਦੇ ਜਾਂਦੇ ਸੀ। ਇੱਕ ਵਾਰੀ ਮੇਰੀ ਤਾਈ ਨੇ ਮੈਨੂੰ ਗੋਦੀ ਚੱਕਿਆ ਹੋਇਆ, ਇੱਕ ਉਧਰੋਂ ਗੋਰੀ ਮੇਮ ਆਈ, ਉਹ ਮੇਰੇ ਦੋਨੇ ਗੱਲਾਂ ਤੋਂ ਫੜ ਕੇ ਕਹਿੰਦੀ ਬੁਲਸ਼ਿਟ ਮਤਲਬ ਘੈਂਟ। ਬਸ ਉਸ ਦਿਨ ਤੋਂ ਲੈ ਕੇ ਚਾਰੇ ਪਾਸੇ ਬਸ ਬੁਲਸ਼ਿਟ ਬੁਲਸ਼ਿਟ ਹੋਈ ਪਈ ਆ। ਜੇ ਮੇਮ ਨੇ ਕਿਹਾ ਬਾਈ ਬੁਲਸ਼ਿਟ ਹੈ ਉਹ, ਫਿਰ ਅੰਗਰੇਜ਼ ਝੂਠ ਥੋੜੇ ਬੋਲਦੇ ਆ। ਅੰਗਰੇਜ਼ ਇਹਨਾਂ ਗੱਲਾਂ ਤੋਂ ਪੂਰੇ ਇਮਾਨਦਾਰ ਹੁੰਦੇ ਆ, ਗੱਲ ਉਹੀ ਕਰਗੇ ਜਿਹੜੀ ਪੂਰੀ ਠੋਸ ਹੁੰਦੀ ਆ, ਠੋਸ। ਆਓ ਜੀ, ਮੈਨੂੰ ਇਹ ਦੱਸ ਤੂੰ ਕੀ ਦੱਸ ਵਾਲਾ? ਸੁਣੋ, ਦੱਸ 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 ਪਿਛਲੇ ਤੂੰ ਮੈਨੂੰ ਐ ਦੱਸ ਤੇ ਹੋਰ ਕੀ ਦੱਸ ਵਾਲਾ? ਉਹ ਚੱਲ ਇਹਨੂੰ ਕਿਸੇ ਚੱਜ ਦੇ ਸਕੂਲ ਚ ਪੜਾਓ, ਇਹਨੂੰ ਘੱਟੋ ਘੱਟ ਪਤਾ ਤਾਂ ਲੱਗੇ ਵੀ ਅਫਸਰਾਂ ਦੀ ਇੱਜ਼ਤ ਕਿਵੇਂ ਕਰੀਦੀ ਹੈ, ਇਹ ਅਫਸਰ ਨੂੰ ਅਫਸਰ ਨਹੀਂ ਸਮਝਦਾ। ਓਏ 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 ਜਾਂਦਰੇ ਕੇ ਦਾਲ ਖਾ ਚੱਲ। ਉਹ ਨਾਲੇ ਐਂ ਤਾਂ ਦੱਸੋ ਵੀ ਨਿਆਣਿਆਂ ਦਾ ਸਿਆਣਿਆਂ ਚ ਕੰਮ ਕੀ ਹੈ? ਉਹੀ ਐਕਸੀਡੈਂਟ ਗੱਲਾਂ, ਐਡਾ ਕੇ ਜਵਾਕ ਆਖੇ ਮੀਟ ਲੈ, ਕਮਾਲ ਦੀ ਗੱਲ ਹੈ, ਮੀਟ ਨੂੰ ਹੱਥ ਪਾਉਂਦਾ ਨਿਆਣਾ, ਐਡਾ ਕੇ ਨਿਆਣਾ ਮੀਟ ਨੂੰ ਹੱਥ। ਉਹ ਚੱਲ ਕੋਈ ਨਾ, ਜਵਾਕ ਕਰਦੇ ਹੁੰਦੇ ਨੇ, ਕਰਦੇ ਹੁੰਦੇ ਨੇ, ਸਿਖਾਓ। ਓਏ ਓਏ ਹਾਂਜੀ, ਉਹ ਹੁਣ ਆ ਫੁੱਪੜ ਕੱਚੇ ਚੱਕ ਲੈਂਦਾ, ਰਜਾ ਕੇ ਲੈ ਇਹਨੂੰ, ਚੱਲ ਹਾਂਜੀ ਰਜਾ ਕੇ ਲੈ ਇਹਨੂੰ, ਹਾਂਜੀ ਹਾਂਜੀ, ਸਿਖਾਇਆ ਕਰੋ ਕੁਝ ਘੱਟੋ ਘੱਟ। ਇਹ ਤਾਂ ਦੇਖਣਾ ਚਾਹੀਦਾ ਵੀ ਖਵਾ ਕਿਹਨੂੰ ਰਹੇ ਹੋ, ਅਫਸਰਾਂ ਨੂੰ, ਵੱਡਾ ਬਾਬਰਚੀ, ਤਨਖਾਹ ਘੱਟੋ ਜੀ। ਬਈ ਮੈਂ ਹੋ ਗਿਆ ਗੰਡੇ ਚ, ਇੱਕ ਸਵਾਲ ਲਿਆ ਪੁੱਛਣ ਨੂੰ ਜੀ ਕਰਦਾ। ਆਉਣ ਦਿਓ ਬਈ, ਆਹ ਜਿਹੜਾ ਬੰਬੂ ਘਾਟ ਹੈ ਇਹ ਰੇਸ਼ਮ ਸੋਹਣ ਵਾਲਾ ਤਕੜਾ ਹੈ ਕਿ ਚੰਨਣ ਸੋਹਣ? ਲੈ ਤਾਂ ਆਇਆ ਜੀ, ਇਹ ਚ ਪੁੱਛਣ ਦੀ ਕੀ ਲੋੜ ਹੈ? ਮੇਰੇ ਵਾਲਾ ਬੰਬੂ ਘਾਟ ਅੰਤਰਰਾਸ਼ਟਰੀ ਪੱਧਰ ਦਾ ਹੈ, 3-4 ਵਿਦੇਸ਼ੀ ਤਾਕਤਾਂ ਦਾ ਹੱਥ ਫਿਰਿਆ ਹੋਇਆ, 1 ਲੀਟਰ ਦੇ ਵਿੱਚ 40 ਕਿਲੋਮੀਟਰ ਕੱਢਦਾ ਪੂਰੇ। ਹੈ ਸੱਚੀ ਚੀਜ਼ਾਂ ਜੀ? ਨਾ ਹੋਰ ਤੇਰਾ ਜੀਜਾ ਝੂਠ ਬੋਲਦਾ, ਘੰਟੇ ਚ 100 ਕਿਲੋਮੀਟਰ ਧੂੜ ਧੂੜ ਨੇਰੀ, ਹਾਂ ਜਾਣਦੀ 3 ਘੰਟੇ ਚ ਗੰਗਾ ਨਗਰ, ਹੋਰ ਕੀ ਪੱਲੇ ਉਧਰ ਲੈ ਪੂਰੀ ਜਾਨ ਹੈ ਬੈਠ ਕੇ ਚ। ਬਈ ਰੇਸ਼ਮ ਦੀਆਂ ਜੇ ਤੇਰੇ ਵਾਲਾ ਬੈਠ ਗਿਆ ਤਾਂ ਦੇਖਣ ਨੂੰ ਤਾਂ ਇਹਦੇ ਵਾਲਾ ਵੀ ਪੂਰਾ ਸਾਹ ਲੱਗਦਾ, ਮੈਂ ਕਹਿੰਦਾ ਨਾ ਮੁਕਾਬਲਾ ਕਰਾ ਕੇ ਦੇਖੋ। ਲੈ ਜਦੋਂ ਮਰਜ਼ੀ ਕਰ ਲੋ, ਕਰਨੀ ਤੇ ਦੇਖਣੀ ਚ ਬੜਾ ਫਰਕ ਹੁੰਦਾ ਤਾਇਆ ਜੀ। ਮੇਰੇ ਵਾਲੇ ਬੰਬੂ ਕਾਰ ਦਾ ਇੰਜਣ ਪੂਰਾ ਖੁੱਲਿਆ ਹੈ ਪੂਰਾ। ਕਿਹੜੇ ਮਿਸਤਰੀ ਨੇ ਖੋਲਿਆ ਸੀ? ਉਹ ਮਿਸਤਰੀ ਨੇ ਨੀ, ਪਾਜ ਦੇ ਵਿੱਚ ਪੂਰੀ ਜਗ ਖੁੱਲੀ ਹੋਈ ਹੈ। ਅੱਛਾ, ਤਾਂ ਫਿਰ ਕਰਾ ਲੋ ਪਾਜ। ਕਰਾ ਲੋ ਜਦੋਂ ਮਰਜ਼ੀ। ਤੁਸੀਂ ਵਾਲੇ ਤੂੰ ਨੀ ਬੋਲਿਆ ਕੁਛ ਬਈ, ਹੁਣ ਤਾਂ ਤੜਕੇ ਸਾਹਣੇ ਬੋਲੂ। ਹਲਵਾਈ ਵੀ ਸਾਨੂੰ
ਦੇਖੀ ਫਿਰ ਬੈਠ ਕੇ ਜਾ ਨਾ, ਇਹ ਤਾਂ ਬੈਠਣ ਨੂੰ ਥਾਂ ਹੈ ਨੀ ਸੀ, ਨਹੀਂ ਪੰਜਾਹ ਨੂੰ ਕਿਉਂ ਨਾ ਖਿੱਚ ਕੇ ਲੈ ਜੇ, ਸਾਹ ਵਾਲਾ ਨੀ ਦੇਖਦਾ ਕਿਤੇ। ਹਾਂ ਵੀ ਪੱਕੋ, ਕਿੱਥੇ ਤੇਰਾ ਪ੍ਰਾਹੁਣਾ? ਰਾਤ ਤਾਂ ਦਾਰੂ ਪੀ ਕੇ ਬੜਾ ਔਖਾ ਜਿਹਾ ਹੁੰਦਾ ਸੀ, ਦੇਖੀ ਕਿਤੇ ਤੜਕੇ ਤੜਕੇ ਤੂੰ ਤਾਂ ਨੀ ਨਿਕਲ ਗਿਆ ਹੈ। ਘੱਟ ਹੀ ਹੋਏ ਮੇਰੇ ਖਿਆਲ ਤਾਂ ਜੀ, 5 ਕਿਲੋਮੀਟਰ। ਲੈ ਤਾਂ ਕੀ ਹੋ ਗਿਆ, ਸਾਰ ਹੈ, ਖੁਰਾਕ ਵਧੀ ਗਊ। ਇਹ ਤਾਂ ਹੈ, ਨਾਲੇ ਬਾਪੂ ਜੀ ਇਹ ਕੱਢਦਾ ਜੀ 1 ਘੰਟੇ 130 ਕਿਲੋਮੀਟਰ। ਜਾਣੀ ਦੀ 2.5 ਘੰਟੇ ਚ ਗੰਗਾ ਨਗਰ। ਇਹ ਤੁਸੀਂ ਆਪੇ ਹਿਸਾਬ ਲਾ ਲਓ ਬਾਪੂ ਜੀ, ਇਹ ਨੀ ਆਪਾਂ ਨੂੰ ਪਤਾ। ਮੇਰਾ 2.5 ਹੋਇਆ, ਹੋਰ ਕੀ। ਆਹ 2.5 ਹੋਏ, 10 ਵਾਲੇ ਨਾਲ ਜਾਣੀ ਦੀ ਦੂਣਾ ਚੋਰ ਹੋ ਗਿਆ ਇਹਦੇ ਚ। ਹਾਂ ਉਹ ਕੀ ਮੁੱਲ ਹੈ ਵੀ ਇਹਦਾ? ਓਏ ਖੜ ਜਾਓ ਯਾਰ, ਮੁੱਲ ਵੀ ਦੱਸ ਦਿੰਦੇ ਆ। ਮੁੱਲ ਇਹਦਾ ਜੀ 350 ਦਾ ਲੈ ਬਾਈ ਜੀ। ਠਾਣੇਦਾਰ ਸਾਹਿਬ, ਇਹ ਮੋਟਰਸਾਈਕਲ ਮਾਰਾ ਦਿਆਲ ਸਿੰਘ ਦਾ, ਜਿਹੜਾ ਨਾਭੇ ਚੋਰੀ ਹੋਇਆ। ਡੂੜ ਮਹੀਨਾ ਹੋ ਗਿਆ ਪਿੰਡਾਂ ਪਿੰਡੀ ਫਿਰਦੇ ਨੇ ਸਾਨੂੰ। ਉਹ ਮੁੰਡਿਓ ਅਸਿੱਟੇ ਨੂੰ ਜੀਵ ਚ ਸੱਚ ਜਾਣੋ, ਮੈਂ ਨਹੀਂ ਚੋਰੀ ਕੀਤੀ। ਓਏ ਮੱਲਾ, ਤੈਨੂੰ ਥੋੜ ਕਾਹਦੀ ਸੀ? ਬਾਪੂ ਜੀ ਸਬਰ ਦੀ ਥੋੜ ਸੀ ਇਹਨੂੰ, ਮੇਰੇ ਵਾਲਾ ਬੰਬੂ ਕਾਰਡ ਰੜਕਦਾ ਸੀ ਇਹਦੀਆਂ ਅੱਖਾਂ ਚ। ਸਿਰ ਤੇ ਉੱਚੀ ਪੱਗ ਤੇ ਅਫਸਰਸ਼ਾਹੀ ਦੇ ਨਾਲ ਸੋਭਦੇ ਆ ਬੰਬੂ ਕਾਠ, ਸਿਰ ਤੇ ਪੱਠਿਆਂ ਦੀ ਪੰਡ ਤੇ ਖੇਤੀਬਾੜੀ ਵਾਲੇ ਨੂੰ ਕੋਤਾ ਰੇੜੀ ਸੋਭਦੇ ਆ।
ਚੱਲ ਵੀ ਅੱਗੇ ਆ ਜਾ, ਉਹ ਦੇ ਇਹਨੂੰ ਦੋ ਕੰਬਲ। ਚੱਲ ਵੀ ਅਗਲਾ, ਇਹਨੂੰ ਵੀ ਫੜਾ ਦੋ ਕੰਬਲ। ਆ ਇਹਨੂੰ ਫੜਾ ਦੋ ਕੰਬਲ ਤੇ ਇੱਕ ਚਾਦਰ। ਗੱਲ ਸੁਣ, ਨਵਾਂ ਲੱਗਦਾ। ਜੈ ਹਿੰਦ, ਬੈਠ ਬੈਠ। ਜਰਨੈਲ ਸਿਆਂ ਜੀ। ਜਨਾਬ, ਆਹ ਮੁੰਡਾ ਕਿਹੜੇ ਕੇਸ ਚ ਅੰਦਰ ਆਇਆ? ਜਨਾਬ, ਮੋਟਰਸਾਈਕਲ ਚੋਰੀ ਦੇ ਕੇਸ ਚ 379 ਲੱਗੀ ਆ, 6 ਮਹੀਨੇ ਦੀ ਕੈਦ ਤੇ ਆਇਆ। ਨਹੀਂ ਤਾਂ ਦੇਖ ਲਾ ਚੌਂ ਖੁੰਜਿਆਂ ਤੇ ਗਾਰਦ ਖੜੀ ਹੈ, ਐਡੀ ਗੋਲੀ ਹੁੰਦੀ ਆ 303 ਦੀ। ਜਨਾਬ ਸ਼ਰੀਫ ਆ ਤਾਂ ਹੀ ਉਹ ਇੱਥੇ ਆ, ਲੁੱਚੇ ਲਫੰਗੇ ਕਿੱਥੇ ਫੜੇ ਜਾਂਦੇ ਆ? ਇਹ ਤੇ ਕੋਈ ਖੇਤੀਬਾੜੀ ਵਾਲਾ ਲੱਗਦਾ ਮੈਨੂੰ। ਅੱਛਾ, ਬੁਲਾ ਤਾਂ ਜਰਾ ਇਹਨੂੰ ਅੰਦਰ। ਗੁਰਜਨ ਸਿਆਂ, ਆ ਚਰਨ ਸਿੰਘ ਨੂੰ ਆਵਾਜ਼ ਮਾਰੀ। ਚੰਨਣ ਸਿੰਘ ਸਾਹਿਬ ਬੁਲਾਉਂਦੇ ਅੰਦਰ। ਦੇ ਦੋ ਕੰਬਲ ਇਹਨੂੰ ਵੀ। ਆ ਜਾ ਬਈ ਚੰਨਣ ਸਿਆਂ, ਆ ਨੇ ਜੇਲਰ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਵੈਸੇ ਗੱਲ ਦੱਸ ਜਵਾਨਾ, ਤੈਨੂੰ ਕੋਈ ਨਾਇਗਰੀ, ਕੋਈ ਰਾਜ ਮਿਸਤਰੀ, ਕੋਈ ਖੱਡੀ ਬੁਣਨਾ ਜਾਂ ਕੋਈ ਕਾਰੀਗਰੀ ਆਉਂਦੀ ਹੈ? ਨਹੀਂ ਜਨਾਬ। ਸਾਡੀ ਜੇਲ ਚ ਇੱਕ ਪੁਰਾਣਾ ਕਾਰਖਾਨਾ ਆ ਜਿੱਥੇ ਬਹੁਤ ਮਸ਼ੀਨਰੀ ਆ। ਤੂੰ ਬੰਬੂ ਕਾਰ ਚਲਾਉਂਦਾ ਰਿਹਾ ਆ, ਕੋਈ ਮਕੈਨਿਕੀ ਤੇ ਪਕੜ ਹੈ ਤੇ ਚੱਕੀ ਪੀਣ ਤੋਂ ਬਚੇਗਾ? ਨਹੀਂ ਜਨਾਬ। ਚੱਲ ਠੀਕ ਆ ਫਿਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਦੇਖੋ ਸਰਦਾਰ ਸਾਹਿਬ, ਸਾਡੇ ਮੁੰਡੇ ਨੇ ਜਿਹੜੀ ਕਰਤੂਤ ਕੀਤੀ ਹੈ ਉਹਦੇ ਲਈ ਅਸੀਂ ਬਹੁਤ ਸ਼ਰਮਿੰਦਾ। ਸੱਚ ਜਾਣਿਓ, ਸਾਨੂੰ ਵੀ ਇਸ ਬਾਰੇ ਕੁਝ ਨਹੀਂ ਪਤਾ ਸੀ। ਉਹ ਤਾਂ ਠੀਕ ਆ ਕਾਕਾ, ਪਰ ਜਿਹੜਾ ਸਾਡੀ ਪੱਗ ਨੂੰ ਦਾਗ ਲੱਗ ਗਿਆ ਉਹਦਾ ਕੀ ਕਰੀਏ? ਭਾਈ ਜੀ, ਮੈਂ ਤਾਂ ਖੰਗੂਰਾ ਮਰਨ ਜੋਗਾ ਵੀ ਨਹੀਂ ਰਿਹਾ। ਜਿਉਂਦੀ ਰਹਤੀ ਹੈ, ਪੋਤੋ ਤਿਆਰ ਹੋ ਜਾ, ਨਾਲੇ ਕੱਪੜਾ ਜਿਹੜਾ ਬੰਨ ਲੈ, ਆਪਾਂ 4 ਵਜੇ ਵਾਲੀ ਲਾਰੀ ਤੇ ਜਾਣਾ। ਕੁੜੀ ਤੁਹਾਡੇ ਨਾਲ ਤੋਰਨੀ ਹੈ ਕਿ ਨਹੀਂ ਤੋਰਨੀ, ਵੀ ਅਸੀਂ ਸਲਾਹ ਕਰਕੇ ਦੱਸਾਂਗੇ। ਭਾਈਆ ਜੀ, ਮੈਂ ਨਾਲ ਜਾ। ਉਹ ਤੂੰ ਕਿਉਂ ਡੁੱਕਣ ਲੱਗੀ ਹੋਣਾ ਹੈ? ਉਹ ਬੇਬੇ ਜੀ, ਉਹ ਤਾਈ ਜੀ, ਉਹ ਭੂਆ ਜੀ, ਕਿੱਧਰ ਰਹਿ ਗਏ ਤੁਸੀਂ ਸਾਰੇ ਜਣੇ? ਆ ਡੁੱਕਣ ਲੱਗੀ, ਉੱਤੇ ਲੱਗ ਜਾਓ ਇਹਨੂੰ। ਕੀ ਹੋਇਆ ਪੁੱਤ? ਉਹ ਤੁਸੀਂ ਉੱਤੇ ਲੈ ਜਾਓ ਇਹਨੂੰ। ਚਲ ਉਹ ਫੇਰ ਉਹੀ ਕਮਲੇ ਵਾਲੀਆਂ ਗੱਲਾਂ, ਚਲ ਉੱਤੇ ਲੈ ਜਾ। ਦੇਖ ਰੇਸ਼ਮ ਸਿਆ, ਇਹ ਸਾਡੇ ਘਰ ਦਾ ਮਾਮਲਾ, ਤੂੰ ਵਿੱਚ ਨਾ ਹੀ ਬੋਲਤਾ ਚੰਗਾ। ਰੇਸ਼ਮ ਸਿਆ ਠੀਕ ਕਹਿੰਦਾ ਕਾਕਾ, ਇਹ ਸਾਡਾ ਸਭ ਦਾ ਸਾਂਝਾ ਫੈਸਲਾ ਹੈ। ਹੁਣ ਅਸੀਂ ਸੋਚ ਕੇ ਹੀ ਦੱਸਾਂਗੇ ਵੀ ਕਰਨਾ ਕੀ ਹੈ। ਅੱਛਾ ਸਰਦਾਰ ਸਾਹਿਬ, ਸਾਨੂੰ ਤਾਂ ਫਿਰ ਇਜਾਜ਼ਤ ਦਿਓ। ਸਰਦਾਰ ਸਾਹਿਬ, ਅੰਨ ਪਾਣੀ ਤਾਂ ਛੱਕ ਕੇ ਜਾਂਦੇ। ਰਹਿਣ ਦੋ ਤਾਇਆ ਜੀ, ਲੇਟ ਹੋ ਜਾਣਗੇ, ਲਾਰੀ ਲੰਘ ਜੋ ਇਹਨਾਂ ਦੀ। ਪਰਮਿੰਦਰ ਵੀ ਉਹਨਾਂ ਵਾਂਗੂ ਸੋਚਦੇ ਬਾਪੂ ਜੀ। ਇਹੋ ਜੀ ਗੱਲ ਨੀ ਪੁੱਤਰਾ, ਉਸ ਬਿਚਾਰੀ ਦਾ ਬਸ ਚੱਲਦਾ ਤਾਂ ਅੱਜ ਸਾਡੇ ਨਾਲ ਹੀ ਆ ਜਾਂਦੀ, ਉਹਦੀ ਤਾਂ ਕਿਸੇ ਨੇ ਪੇਸ਼ੀ ਨੀ ਜਾਣ ਦਿੱਤੀ। ਬੇਬੇ ਮੇਰਾ ਪਰਮਿੰਦਰ ਨੂੰ ਮਿਲਣ ਨੂੰ ਬੜਾ ਦਿਲ ਕਰਦਾ, ਪਤਾ ਨੀ ਕਿਹੜੇ ਹਾਲ ਚ ਹੋਣੀ ਬੇਬੇ ਉਹ। ਤੂੰ ਫਿਕਰ ਨਾ ਕਰ ਪੁੱਤ, ਤੇਰੀ ਸਜ਼ਾ ਪੂਰੀ ਹੋ ਜਾਏ ਨਾ, ਆਪਾਂ ਇੱਥੋਂ ਸਿੱਧੇ ਜਰਗ ਜਾਵਾਂਗੇ। ਉਹ ਬਾਪੂ ਜੀ, ਮੇਰੀ ਮਜਬੂਰੀ ਆ, ਤੁਹਾਨੂੰ ਜਾਣਾ ਪੈਣਾ, ਸਮਾਂ ਪਹਿਲਾਂ ਹੀ ਬਹੁਤ ਹੋ ਗਿਆ। ਹਾਂ ਚਿਹਰਾ ਜਾਣਿਆ ਬਸ। ਤੂੰ ਹੌਸਲਾ ਨਾ ਹਾਰੀ ਚੰਨਣਾ, ਆਪਾਂ 15 ਦਿਨ ਫੇਰ ਗੇੜਾ ਮਾਰਾਂਗੇ। ਆਪਣਾ ਖਿਆਲ ਰੱਖੀ ਪੁੱਤ। ਬੇਬੇ ਆਪਾਂ ਕੁਝ ਸੁਨੇਹਾ ਨੀ ਭੇਜ ਸਕਦੇ ਉਹਨੂੰ? ਸੁਨੇਹਾ ਤੇ ਪਤਾ ਨੀ ਪਹੁੰਚੇ ਕਿ ਨਾ ਪਹੁੰਚੇ ਪੁੱਤ, ਪਰ ਦਿਲਾਂ ਤੱਕ ਦਿਲਾਂ ਦੀ ਹੂਕ ਜ਼ਰੂਰ ਪਹੁੰਚਦੀ ਆ ਪੁੱਤ।
ਚੱਲ ਜਾ ਕੁਰੇ ਚੱਲ। ਬਸ ਰੋਏਂਗੇ ਮੁੰਡੇ ਨੂੰ ਹੁਣ। ਚੱਲ ਚੁੱਪ ਕਰ, ਆ ਜਾ ਚੱਲ, ਰੰਪਲੀ ਕਰੂ। लंगे पानी वांगू दूर हो गया सजना वे, लंगे पानी वांगू दूर हो गया सजना वे, सुक ना जावा किधरे हिजर तेरे विच रुख हो के, तू खिली बहार जहा खोए करार जहा, दे जा सिका ठरी हुई जिंद नू पोदी धुप हो के, लंगे पानी वांगू दूर हो गया सजना वे, लंगे पानी वांगू। वे मैं नाल हवावा रोज दुआवा ਚੱਲ ਦੀ ਰਹੀ, ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲ ਦੀ ਰਹੀ, ਵੇ ਮੈਂ ਨਾਲ ਹਵਾਵਾਂ ਰੋਜ਼ ਦੁਆਵਾਂ ਚੱਲ ਦੀ ਰਹੀ, ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲ ਦੀ ਰਹੀ, ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ, ਜਾਂ ਫਿਰ ਲੱਗ ਜਾ ਰੂਹ ਨੂੰ ਲਾ ਇਲਾਜ ਕੋਈ ਦੁੱਖ ਹੋ ਕੇ, ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ, ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ, ਖਾਣਾ ਜਾਵੇ ਕਿਤੇ ਵਿਛੋੜਾ ਡਰਦੀਆਂ, ਕੋਈ ਆਉਣ ਮਿਲਾਵੇ ਨਿਤ ਮੈਂ ਰੋ ਰੋ ਮਰਦੀਆਂ, ਮੈਨੂੰ ਖਾਣਾ ਜਾਵੇ ਕਿਤੇ ਵਿਛੋੜਾ ਡਰਦੀਆਂ, ਕੋਈ ਆਉਣ ਮਿਲਾਵੇ ਨਿਤ ਮੈਂ ਰੋ ਰੋ ਮਰਦੀਆਂ, ਘੜੀਆਂ ਇੰਤਜ਼ਾਰ ਦੀਆਂ ਗਿਣਦੀ ਨਾ ਕਿਤੇ ਮੁੱਕ ਜਾਵਾਂ, ਇਹ ਤੋਂ ਪਹਿਲਾਂ ਮਿਲ ਜਾ ਜੰਨਤ ਵਾਲਾ ਸੁੱਖ ਹੋ ਕੇ, ਤੂੰ ਖਿਲੀ ਬਹਾਰ ਜਿਹਾ ਖੋਏ ਕਰਾਰ ਜਿਹਾ, ਦੇ ਜਾ ਸਿੱਕਾ ਠਰੀ ਹੋਈ ਜਿੰਦ ਨੂੰ ਪੋ ਦੀ ਧੁੱਪ ਹੋ ਕੇ, ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ, ਮੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ, ਲੰਘੇ ਪਾਣੀ ਵਾਂਗੂ। ਦੇਖੋ ਭਾਈ, ਜਿਹੜਾ ਚੋਰੀ ਕਰ ਗਿਆ ਉਹ ਮਰਨ ਨਾਲੋਂ ਤਾਂ ਵੱਧ ਹੋ ਗਿਆ, ਹਾਲੇ ਵੀ ਡੁੱਲੇ ਬੇਰਾਂ ਦਾ ਕੁਛ ਨੀ ਵਿਗੜਿਆ। ਕੁੜੀ ਦੇ ਕਿਹੜੇ ਕੋਈ ਨਿਆਣੇ ਹੈ? ਸੱਜਣ ਸਿੰਘ ਮੇਰੇ ਚਾਚੇ ਦਾ ਮੁੰਡਾ ਹੈ, 40 ਕਿੱਲੇ ਜ਼ਮੀਨ ਆਉਂਦੀ ਹੈ ਉਹਨੂੰ, ਨਾਲੇ ਸਰਦਾਰ ਕਹਾਉਂਦਾ ਆਪਦੇ ਆਪ ਨੂੰ, ਪਿਛਲੇ ਵਿਆਹ ਦੀਆਂ 2 ਕੁੜੀਆਂ ਹੀ ਕੁੜੀਆਂ, ਮੁੰਡਾ ਕੋਈ ਹੋਇਆ ਨੀ, ਨਾ ਕੀ ਨੁਕਸਾ ਭਲਾ ਉਹਦੇ ਚ। ਦੇਖੋ ਭੈਣ ਜੀ, ਸਾਥੋਂ ਨੀ ਹੋਣਾ, ਰੱਬ ਨੂੰ ਵੀ ਤਾਂ ਮੂੰਹ ਦਿਖਾਉਣਾ ਹੈ ਨਾ, ਜਿਹੜਾ ਅਸੀਂ ਲੋਕਾਂ ਨੂੰ ਮੂੰਹ ਦਿਖਾਉਣਾ ਉਹਦਾ ਕੀ। ਨਾ ਭੈਣ ਜੀ ਨਾ, ਮੇਰੀ ਧੀ ਦੀ ਜ਼ਿੰਦਗੀ ਤਬਾਹ ਹੋ ਜੂ। ਨਾਲੇ ਭੈਣ ਜੀ, ਸੱਜਣ ਸਿੰਘ ਸਾਡੀ ਪੱਕੜ ਨਾਲੋਂ ਬਾਲੀ ਸਿਆਣੀ ਉਮਰ ਦਾ ਨੀ, ਕਮਲੇ ਨਾਲ ਵਿਆਹ ਕੇ ਤਾਂ ਤੁਸੀਂ ਲੱਲ ਲਾ ਲੇ, ਹੁਣ ਸਿਆਣੇ ਨਾਲ ਵਿਆਹ ਕੇ ਦੇਖ ਲੋ। ਨਾ ਭੈਣ ਜੀ, ਔਖਾ ਸਾ ਤੋਂ ਹੋਣਾ ਨੀ। ਤਾਂ ਫੇਰ ਭਾਈ ਤੁਸੀਂ ਆਪਣਾ ਪੜਿਆ ਵਿਚਾਰ ਲੋ, ਜਾਂ ਤਾਂ ਦੋਹਾਂ ਕੁੜੀਆਂ ਨੂੰ ਸਾਡੇ ਨਾਲ ਭੇਜ ਦਿਓ, ਨਹੀਂ ਫੇਰ ਆਪਣੀ ਜ਼ਮੀਨ ਵੀ ਰੱਖ ਲੋ। ਨਾ ਮੇਰੇ ਬੱਚੇ ਨਾ।
ਬੀਜੀ ਮੈਂ ਤਾਂ ਚੁੱਪ ਕਰ ਤੂੰ ਮੇਰੇ ਨਾਲ ਬਾਹਰ ਸਿਆਣਾ ਬੀਜੀ ਬੀਜੀ ਲਈ ਹੈ ਵੇ ਦੁਖੀਆਂ ਬੰਦਿਆਂ ਦਾ ਹਾਏ ਵੇ ਕੋਈ ਵੱਖਰਾ ਸ਼ਹਿਰ ਹੋਵੇ ਵੇ ਦੁਖੀਆਂ ਬੰਦਿਆਂ ਦਾ ਕੋਈ ਵੱਖਰਾ ਸ਼ਹਿਰ ਹੋਵੇ ਵੱਡੇ ਮਹੀਨੇ ਦੀ 13 ਤਰੀਕ ਨੂੰ ਰੇਸ਼ਮ ਭਾਈਆ ਜੀ ਦੇ ਮਾਮੇ ਨਾਲ ਮੇਰਾ ਵਿਆਹ ਤੈਅ ਕਰ ਦਿੱਤਾ ਗਿਆ ਹੈ ਜ਼ਹਿਰ ਦੀ ਸ਼ੀਸ਼ੀ ਮੇਰੇ ਕੋਲ ਹੋਵੇਗੀ ਮੈਂ ਲਾਵਾਂ ਤਾਂ ਕੁੜੀ ਕਰੂੰਗੀ ਉਹ ਤੋਂ ਬਾਅਦ ਮੈਂ ਜ਼ਹਿਰ ਪੀ ਕੇ ਮਰ ਜਾਣਾ ਪੱਕੋ ਚਿਉਂਦੀ ਵੀ ਚੰਨਣ ਦੀ ਸੀ ਤੇ ਮਰ ਕੇ ਵੀ ਚੰਨਣ ਦੀ ਤੂੰ ਲੜੀ ਜ਼ਰੂਰ ਜ਼ਿੰਦਗੀ ਲਈ ਨਹੀਂ ਤਾਂ ਫਿਰ ਮੌਤ ਤਾਂ ਹੈ ਹੀ ਸਜਣ ਬਿਨਾ ਆਵੇ ਨੱਚਣ ਕੱਲਿਆਂ ਜੀ ਉਹ ਫਾਈਨਲ ਮੁਨਸ਼ੀ ਕੋਲ ਪਹੁੰਚਾ ਦੀ ਸਤਿ ਸ਼੍ਰੀ ਅਕਾਲ ਜਨਾਬ ਓ ਚੰਨਣ ਸਿਆ ਕੀ ਹਾਲ ਹੈ ਆ ਜਾ ਜਨਾਬ ਇੱਕ ਕਰਜ਼ਾ ਜੀ ਬੋਲ ਜਨਾਬ ਮੇਰੀ ਸਜ਼ਾ ਅਗਲੇ ਮਹੀਨੇ ਦੀ 14 ਤਰੀਕ ਨੂੰ ਖਤਮ ਹੋ ਰਹੀ ਹੈ ਜੇ ਤੁਸੀਂ ਮੈਨੂੰ 14 ਦੇ ਬਜਾਏ 13 ਨੂੰ ਜਾਣ ਦੀ ਇਜਾਜ਼ਤ ਦੇ ਦਿਓ ਜਨਾਬ 13 ਨੂੰ ਤੂੰ ਕਿਹੜਾ ਕਾਕਾ ਨਾਨਕੇ ਜਾਣਾ ਵੀ ਤੈਨੂੰ ਇੱਕ ਦਿਨ ਪਹਿਲਾਂ ਭੇਜਦੀ ਹੈ ਜਨਾਬ ਮਜਬੂਰੀ ਬਹੁਤ ਵੱਡੀ ਹੈ ਜੀ ਜੇ ਮੈਂ 13 ਨੂੰ ਨਾਣਾ ਪਹੁੰਚਿਆ ਤੇ ਮੇਰੇ ਸਹੁਰਿਆਂ ਨੇ ਮੇਰੀ ਘਰ ਵਾਲੇ ਦਾ ਵਿਆਹ ਕਿਤੇ ਹੋਰ ਕਰ ਦੇਣਾ ਜਨਾਬ ਵਿਆਹ ਕਰ ਦੇਣਾ ਉਹ ਕਾਨੂੰਨ ਪੁਲਿਸ ਦਾ ਕੋਈ ਖੌਫ ਹੈ ਨਹੀਂ ਜਦੋਂ ਆਪਣੇ ਬਗਾਨੇ ਹੋ ਜਾਣ ਫਿਰ ਕਾਹਦਾ ਕਾਨੂੰਨ ਜਨਾਬ ਬਸ ਜੁੱਤੀਆਂ ਤੜਾਉਣ ਵਾਲਾ ਕੰਮ ਹੀ ਹੈ ਜੀ ਜੇ ਮੈਂ 13 ਨੂੰ ਨਾ ਪਹੁੰਚ ਸਕਿਆ ਤੇ ਉਹਦਾ ਵਿਆਹ ਕਿਤੇ ਹੋਰ ਹੋ ਗਿਆ ਫਿਰ ਤੇ ਭਾਵੇਂ ਸਾਰੀ ਉਮਰ ਹੀ ਮੈਨੂੰ ਇੱਥੇ ਬਿਠਾਈ ਰੱਖਿਓ ਜੀ ਕੋਈ ਫਾਇਦਾ ਨਹੀਂ ਹੋਣਾ ਕਾਕਾ ਮੈਨੂੰ ਤੇਰੇ ਨਾਲ ਦਿਲੋਂ ਹਮਦਰਦੀ ਹੈ ਪਰ ਮੇਰੀ ਮਜਬੂਰੀ ਹੈ ਮੇਰੀ ਨੌਕਰੀ ਵੀ ਜਾ ਸਕਦੀ ਹੈ 14 ਤਰੀਕ ਨੂੰ 10 ਵਜੇ ਤੋਂ ਪਹਿਲਾਂ ਮੈਂ ਤੈਨੂੰ ਭੇਜ ਨਹੀਂ ਸਕਦਾ ਤੇ 10 ਵਜੇ ਤੋਂ ਬਾਅਦ ਮੈਂ ਤੈਨੂੰ ਰੱਖ ਨਹੀਂ ਸਕਦਾ ਜੇ ਕੋਈ ਹੋਰ ਕੰਮ ਹੋਵੇ ਤਾਂ ਦੱਸੀ ਚੰਗਾ ਆ ਗੇਟ ਖੋਲੋ ਬਾਈ ਛੇਤੀ ਕਰੋ ਦੇਖੋ ਜਨਾਬ ਨਾਮ ਚੰਨਣ ਸਿੰਘ ਪਿੰਡ ਥੂਹੀ ਤਹਿਸੀਲ ਨਾਭਾ ਮਕੈਨਿਕੀ ਦਾ ਕੰਮ ਜਾਣਦਾ ਜਨਾਬ ਅੱਛਾ ਤੇ ਫਿਰ ਚੰਨਣ ਸਿੰਘ ਥੱਕ ਗਿਆ ਚੱਕੀ ਪੀ ਪੀ ਕੇ ਹੈਂ ਥੱਕਿਆ ਨਹੀਂ ਜਨਾਬ ਹੁਣ ਦੋਨੋਂ ਕੰਮ ਇਕੱਠੇ ਹੋਣਗੇ ਤੁਹਾਡੀ ਚੱਕੀ ਵੀ ਚੱਲੂਗੀ ਤੇ ਮਕੈਨਿਕੀ ਵੀ ਹੋਊਗੀ ਐ ਕਿੱਦਾਂ ਦੋਵੇਂ ਕੰਮ ਇਕੱਠੇ ਹੋਣਗੇ ਬਈ ਮੈਂ ਕਰਕੇ ਵਿਖਾ ਸਕਦਾ ਜਨਾਬ ਤੁਹਾਨੂੰ ਸਮਝਾ ਨਹੀਂ ਸਕਦਾ ਇਹ ਗੱਲ ਆ ਲੈ ਫਿਰ ਦਿੱਤੀ ਮਨਜ਼ੂਰੀ ਵਿਖਾ ਫਿਰ ਕਰਕੇ ਬਹੁਤ ਬਹੁਤ ਧੰਨਵਾਦ ਜੀ ਛੱਡ ਗਈ ਕਦੇ ਸੋਚਿਆ ਨਹੀਂ ਸੀ ਕਿ ਚੱਕੀ ਵੀ ਇੰਜਣ ਤੇ ਚੱਲ ਸਕਦੀ ਹੈ ਵਾਹ ਚੰਨਣ ਸਿੰਘ ਵਾਹ ਤੂੰ ਤੇ ਕਮਾਲ ਕਰਤੀ ਕੀ ਬਾਤ ਹੈ ਵੈਰੀ ਗੁੱਡ ਮਸ਼ੀਨਰੀ ਨਾਲ ਵਾਹਵਾ ਇਸ਼ਕ ਲੱਗਦਾ ਤੇਰਾ ਬਸ ਜੀ ਇਸ ਇਸ਼ਕ ਦਾ ਮਹਾਰਾ ਤਾਂ ਜੇਲ੍ਹ ਚ ਬੈਠਾ ਜੀ ਵੈਸੇ ਕਦੇ ਕਦੇ ਮੱਥਾ ਮਾਰ ਲਈਦਾ ਜੀ ਮਸ਼ੀਨਾਂ ਨਾਲ ਜਵਾਨਾ ਜੇਲ੍ਹ ਦੇ ਮੁੱਖ ਦੁਆਰ ਕੋਲ ਪੁਰਾਣਾ ਕਾਰਖਾਨਾ ਹੈ ਜਿਹੜਾ ਕਾਫੀ ਸਮੇਂ ਤੋਂ ਬੰਦ ਪਿਆ ਉਹਦੇ ਚ ਅੰਗਰੇਜ਼ਾਂ ਦੇ ਸਮੇਂ ਦੀ ਮਸ਼ੀਨਰੀ ਪਈ ਹੈ ਵੈਸੇ ਤਾਂ ਉਹ ਕਬਾੜ ਤੋਂ ਵੱਧ ਕੁਝ ਵੀ ਨਹੀਂ ਤੂੰ ਉੱਥੇ ਜਾਇਆ ਕਰ ਜੇ ਕੋਈ ਚੀਜ਼ ਵਰਤੋਂ ਚ ਆ ਸਕੇ ਸ਼ਾਬਾਸ਼ ਜਵਾਨਾ ਲੈ ਬਈ ਆ ਤੇਰਾ ਕਾਰਖਾਨਾ ਹੋ ਜਾ ਸ਼ੁਰੂ ਦਰਦਾਂ
ਤੂੰ ਇੱਥੇ ਤੂੰ ਪੰਪ ਤਾਂ ਨਹੀਂ ਲੱਗਾ ਬਾਈ ਜੀ ਬਾਈ ਜੀ ਮੈਂ ਇੱਕ ਦਿਨ ਬੀੜੀ ਪੀ ਕੇ ਪੰਪ ਵੱਲ ਸੁੱਟਤੀ ਮੈਂ ਘਰ ਆ ਕੇ ਸੌਂ ਗਿਆ ਦੋ ਹਾੜੇ ਲਾ ਕੇ ਤੇ ਤੜਕੇ ਪੁਲਿਸ ਵਾਲੇ ਆਏ ਮੰਜੇ ਸਣੇ ਮੈਨੂੰ ਥਾਣੇ ਚੱਕ ਕੇ ਲੈ ਗਏ ਮੈਂ ਪੁੱਛਿਆ ਮੇਰਾ ਕਸੂਰ ਕੀ ਆ ਮੋਰੇ ਭਾਜੀ ਪੰਜ ਸੱਤ ਪਈ ਜਾਣ ਹਾੜ ਕੇ ਭਾਜੀ ਮੈਂ ਹੱਥ ਜੋੜ ਕੇ ਕਿਹਾ ਜੁਰਮ ਹੀ ਕਬੂਲ ਕਰ ਲੈਨੇ ਉਹ ਤੂੰ ਕੀਤਾ ਕੀ ਸੀ ਜੁਰਮ ਕੀ ਸੀ ਤੇਰਾ ਭਾਜੀ ਮੈਨੂੰ ਕਹਿੰਦੇ ਪਿੱਛੇ ਪੰਪ ਨੂੰ ਅੱਗ ਉੱਗ ਲੱਗ ਗਈ ਮੈਂ ਤਾਂ ਭਾਜੀ ਇੱਧਰ ਆ ਗਿਆ ਸੀ ਉਹੀ ਕੋਈ ਸੁਣ ਚਾਹੀ ਏਦਾਂ ਦੀ ਗੱਲ ਕੋਈ ਉੱਥੇ ਤੇਲ ਪਾਉਣਾ ਵੀ ਨਹੀਂ ਆਉਂਦਾ ਹੋਏ ਬਾਈ ਜੀ ਤੇਲ ਪਾਉਣਾ ਤਾਂ ਤੁਸੀਂ ਦੱਸ ਗਿਆ ਸੀ ਮੈਂ ਬੰਦ ਕਰਨਾ ਭੁੱਲ ਜਾਂਦਾ ਸੀ ਬੇਟੇ ਮੁੱਤਰੇ ਓਏ ਇੱਥੇ ਕਾਰਖਾਨੇ ਤੇ ਕੋਈ ਨਾ ਕੋਈ ਮਿਸਤਰੀ ਜਿਹਨੂੰ ਮਾੜਾ ਮੋਟਾ ਕੋਈ ਕੰਮ ਆਉਂਦਾ ਕੋਈ ਮਕੈਨਿਕ ਆਉਂਦਾ ਤੂੰ ਇੱਥੇ ਕਰਦਾ ਪੈਣਾ ਓਏ ਬਾਈ ਜੀ ਆ ਜੇਲ੍ਹ ਦੇ ਖੂਹ ਦੀ ਕਿਤੇ ਪੁਲੀ ਖਰਾਬ ਸੀ ਮੈਂ ਭੋਰਾ ਕੇ ਤੇਲ ਦਿੱਤਾ ਉਹ ਕਿਤੇ ਗੜਨ ਲੱਗ ਪਈ ਇਹਨੂੰ ਲੱਗਾ ਉਹ ਗਾਮੇ ਤੋਂ ਵੱਡਾ ਮਿਸਤਰੀ ਕੋਈ ਨੀ ਝੂਠ ਬੋਲਦਾ ਹੈ ਦੱਸਾਂ ਜਾ ਕੇ ਜੇਲਰ ਨੂੰ ਨਾ ਬਾਈ ਹੁਣ ਤਾਂ ਦੁੱਧ ਅੰਡੇ ਮਿਲਦੇ ਆ ਫੇਰ ਇਹਨਾਂ ਨੇ ਮੈਨੂੰ ਮੁਰਗਾ ਬਣਾਉਣਾ ਦੋ ਗੱਲਾਂ ਆਪਣੇ ਖਾਨੇ ਚ ਪੱਗ ਰੱਖੀ ਇੱਕ ਤੇ ਮੇਰੇ ਬਹੁਤਾ ਨੇੜੇ ਨੀ ਆਉਣਾ ਤੇ ਦੂਜਾ ਮੈਂ ਇੱਥੋਂ ਬਹੁਤੇ ਸਵਾਲ ਨੀ ਪੁੱਛਣੇ ਅਸੀਂ ਪੁੱਛ ਕੇ ਲੈਣਾ ਵੀ ਕੀ ਆ ਭਰਾਵਾ ਦੇਖ ਹੀ ਰਿਹਾ ਸੀ ਸਵਾਲ ਤਾਂ ਨੀ ਕੋਈ ਪੁੱਛਿਆ ਫੇਰ ਵੀ ਪੁਰਾਣੀ ਭਾਈ ਬੰਦੀ ਆ ਭਾਈ ਬੰਦੀ ਮੈਨੂੰ ਬੜਾ ਤੇਲ ਮੁਫਤ ਪਾਉਂਦਾ ਰਿਹਾ ਭਾਈ ਬੰਦੀ ਭਾਈ ਬੰਦੀ ਜਾ ਪਾ ਜਾ ਤੂੰ ਪਿਛਲੀ ਉਮਰ ਤੇਰਾ ਵਿਆਹ ਹੋ ਰਿਹਾ ਰੱਬ ਦਾ ਸ਼ੁਕਰ ਕਰ ਤੇਰੇ ਚਾਈ ਲੂਰ ਦੇ ਗੱਲ ਸੁਣ ਹਾਲੇ ਇੱਥੇ ਕਿਸੇ ਜਨਾਨੀ ਨੇ ਨੀ ਆਉਣਾ ਤੀਜੇ ਪੈਰ ਚੁੰਨੀ ਚੜਾਵਾਂਗੇ ਆਪਾਂ ਪੂਰਾ ਇੱਕ ਮਹੀਨਾ ਹੋ ਗਿਆ ਯਾਰ ਤੈਨੂੰ ਲੱਗੇ ਨੂੰ ਜੇ ਅੱਜ ਮੈਂ ਤੂੰ ਖੋਜ ਕਰਕੇ ਦਿਖਾਈ ਨਾ ਮੈਂ ਬਾਈ ਤੈਨੂੰ ਰੁੱਸ ਜਾਣਾ ਆ ਜਾ ਫਿਰ ਅੱਜ ਉਹ ਅੱਛਾ ਜੀ ਆ ਤੇਰੀ ਆਪਣੇ ਕੰਮ ਕਰ ਛੱਡ ਕੇ ਮੇਰੀ ਗੱਲ ਸੁਣੋ ਆ ਜਾਓ ਫਟਾਫਟ ਆ ਜਾਓ ਮੇਰੇ ਕੈਦੀ ਭਰਾਵੋ ਤੇ ਜੇਲ੍ਹ ਅਧਿਕਾਰੀਓ ਅੱਜ ਮੈਂ ਪੇਸ਼ ਕਰਨ ਲੱਗਾ ਇਸ ਸਦੀ ਦੀ ਸਭ ਤੋਂ ਮਹਾਨ ਕਾਢ ਜਿਸ ਦੇ ਤੁਸੀਂ ਦਰਸ਼ਨ ਕਰਕੇ ਆਪਣੇ ਵੀਰ ਗਾਮੇ ਭੂਰੀ ਵਾਲੇ ਨੂੰ
ਹੱਥਾਂ ਤੇ ਚੱਕ ਲਓਗੇ, ਹੱਥਾਂ ਤੇ ਮਾਰੋ ਟੱਚ। ਇਸ ਵਿੱਚ ਸਭ ਤੋਂ ਵੱਡਾ ਹੱਥ ਸਾਡੇ ਵੀਰ ਕਾਮੇ ਦਾ ਹੀ ਆ, ਤੇ ਸ਼ਰਧਾ ਮੁਤਾਬਕ ਜੋ ਤੁਸੀਂ ਇਨਾਮ ਦੇਣਾ ਚਾਹੁੰਦੇ ਹੋ ਆਪਣੇ ਵੀਰ ਕਾਮੇ ਭੂਰੀ ਵਾਲੇ ਨੂੰ ਦੇ ਦਿਓ। ਜੀ ਮੈਂ ਆਪਣੇ ਪਰਿਵਾਰ ਤੇ ਤੁਹਾਡੇ ਵੱਲੋਂ ਆਏ ਹੋਏ ਸਾਰੇ ਮੋਹਤਬਰ ਸੱਜਣਾਂ ਦੀ ਹਾਜ਼ਰੀ ਚ ਆਪ ਦੀ ਧੀ ਪਰਮਿੰਦਰ ਕੌਰ ਦਾ ਪੱਲਾ ਜਗਪਾਲਪੁਰੀਏ ਸਰਦਾਰ ਸੱਜਣ ਸਿੰਘ ਦੇ ਹੱਥ ਫੜਾਉਣਾ। ਦੀਵਾਨ ਜੀ, ਆਪਣੀ ਪੁਲਿਸ ਫੋਰਸ ਨੂੰ ਕੋਈ ਨਵੇਂ ਮੋਟਰਸਾਈਕਲ ਅਲਾਟ ਹੋਏ ਆ? ਸਰਕਾਰ, ਇੰਜ ਲੱਗਦਾ ਜਿਵੇਂ ਕਿਸੇ ਨੇ ਦੇਸੀ ਜੁਗਾੜ ਲਾ ਕੇ ਬਣਾਇਆ ਹੋਵੇ। ਫਿਰ ਤਾਂ ਦੇਖਣਾ ਪਊ। ਚੱਲ ਵੀ ਜਵਾਨ।
ਪਰਮਿੰਦਰ ਕੌਰੇ ਆਉਣਾ ਜ਼ਰੂਰ ਸੀ ਮੈਂ। ਔਰ ਰੱਬ ਤੋਂ ਡਰਿਆ ਕਰੋ ਹੰਕਾਰੀਓ, ਇੱਥੇ ਹੁਣ ਚੁੰਨੀ ਤਾਂ ਨਹੀਂ ਪੈ ਸਕਦੀ, ਕੱਫਣ ਜ਼ਰੂਰ ਪੈ ਜਾਣਾ ਸੀ। ਬੇ ਤੈਨੂੰ ਕਿਹਨੇ ਪੋਸਟ ਭਰਤੀ ਕਰ ਲਿਆ ਡਾਕੂ ਨੂੰ? ਉਹ ਮੈਨੂੰ ਥਾਣੇਦਾਰ ਲਾਤਾ ਉਹਨਾਂ ਨੇ, ਕਹਿੰਦੇ ਜਿਹੜੇ ਬੇਈਮਾਨ ਬੰਦੇ ਆ ਸਾਰੇ ਫੜ ਕੇ ਅੰਦਰ ਦੇਣੇ ਆ ਤੈ। ਓਏ ਥਾਣੇਦਾਰਾਂ ਨਾਲ ਸਾਡੀ ਨਿੱਤ ਦੀ ਉੱਠਣੀ ਬੈਠਣੀ ਹੈ, ਤੂੰ ਕਿਹੜਾ ਥਾਣੇਦਾਰ ਹੈ, ਪੈਰਾਂ 'ਚ ਟੁੱਟੀਆਂ ਚੱਪਲੀਆਂ ਪਾਈ ਫਿਰਦਾ। ਚੁੱਪ ਕਰ, ਮੈਨੂੰ ਉਹਨਾਂ ਨੇ ਪਾ ਕੇ ਭੇਜੀਆਂ ਨੇ, ਕਹਿੰਦੇ ਜਿਹੜਾ ਬਹੁਤੀ 3-5 ਗੁਰੂ ਇਸੇ ਨਾਲ ਫੈਂਟਣਾ। ਓਏ ਬਹੁਤੀਆਂ ਗੱਲਾਂ ਨਾ ਕਰੋ ਸ਼ਲਾਰੂਆ, ਤੁੱਕੀ ਤਿੱਕੀ ਬੰਦਾ ਮਾਰਨ ਦਾ ਤਾਂ ਮੇਰੇ ਤੇ ਕੇਸ ਵੀ ਨਹੀਂ ਚੱਲਦਾ। ਥਾਰ ਗੋਲੀ ਅਰਬ, ਮੇਰੇ ਮਰਨ ਤੇ ਮੇਰੇ ਸਹੁਰਿਆਂ ਨੂੰ ਪਤਾ ਲੱਗੂ ਵੀ ਚੰਨਣ ਸਿੰਘ ਕੱਚਾ ਭਾਂਡਾ ਸੀਗੇ ਪੱਕਾ। ਨਹੀਂ ਬਾਬੂ ਜੀ, ਇਹਨੂੰ ਕਹੋ ਮੇਰੇ ਗੋਲੀ ਮਾਰੇ, ਨਾਲੇ ਮੇਰੇ ਮਰਨ ਪਿੱਛੋਂ ਤੁਹਾਡੇ ਸ਼ਰੀਕਾਂ ਤੋਂ ਤਾਨੇ ਨਹੀਂ ਮਾਰੂ। ਮੇਰੀ ਤਾਂ ਇੱਕੋ ਗੋਲੀ ਤੁਹਾਨੂੰ ਦੋਹਾਂ ਨੂੰ ਰੱਬ ਕੋਲ ਪਹੁੰਚਾ ਦੂ। ਮਾਮਾ ਆਪਣੀ ਲਾਰੀ ਚ ਬਹਿ ਤੇ ਤਿੱਤਰ ਹੋ ਜਾ ਇੱਥੋਂ, ਜਿਹੜੀਆਂ ਰੱਬ ਨੇ ਦੋ ਘਰੇਤੀਆਂ ਦਿੱਤੀਆਂ ਨੇ ਨਾ, ਜਾ ਕੇ ਉਹਨਾਂ ਦਾ ਵਿਆਹ ਕਰ। ਆ ਦੇਖ ਲੈ ਬੇਬੇ ਜੀ, ਕਿਹੜੇ ਬਦਮਾਸ਼ ਦਾ ਘਰ ਵਸਾਉਣ ਲੱਗੇ ਸੀ ਉਹ ਸ਼ਰੀਫ ਬੰਦੇ ਦਾ ਉਜਾੜ ਕੇ। ਮੈਂ ਥੱਪੜ ਮਾਰੂ ਤੇਰੇ ਕੰਨ ਦੀ ਜੜ ਚ, ਤੈਨੂੰ ਪੜਾ ਲਿਖਾ ਕੇ ਮੋਟੀਆਂ ਕਮਾਈਆਂ ਕਰਨ ਲਾਤਾ, ਹੁਣ ਤੂੰ ਮਾਨ ਮੱਤਾ ਦਿੰਦਾ? ਨਾ ਮੱਤਾ ਦੇਵਾ ਨਾ, ਤੁਸੀਂ ਗੱਲਾਂ ਹੀ ਅਹੀਆਂ ਕਰਦੇ ਹੋ। ਡੱਕਾ ਫੈਦਰ ਹੋਇਆ ਬਹੁਤੀਆਂ ਕਮਾਈਆਂ ਦਾ, ਬਹੁਤੀਆਂ ਕਮਾਈਆਂ ਦੇ ਨਾਲ ਆਪਦੇ ਘਰੇ ਤਾਂ ਕੀ ਖੁਸ਼ੀ ਆਉਣੀ ਸੀ, ਉਹ ਸ਼ਰੀਫ ਬੰਦੇ ਦੀ ਬਰੀ ਚੜੀ ਜਾਂਦੀ। ਓਏ ਲੱਗਦਾ ਇਹਨਾਂ ਨੇ ਆਏ ਨੀ ਮੰਨਿਆ, ਖੜਾ ਬੰਦੂਕ ਖੜਾ ਖੜੋਤਾ ਨਿਕਲ ਜਾ, ਨਹੀਂ ਇੱਥੇ ਧਰਤੀ ਚ ਕੱਟ ਦੂ। ਬੀਬੀ ਮੈਨੂੰ ਨੀ ਪਤਾ ਚੰਨਣ ਚੋਰ ਹੈ ਜਾਂ ਡਾਕੂ, ਮੈਂ ਜਾਨਣਾ ਵੀ ਨਹੀਂ ਚਾਹੁੰਦਾ, ਬਸ ਇੰਨਾ ਜ਼ਰੂਰ ਜਾਣ ਗਿਆ ਕਿ ਮੇਰੀ ਪੱਕੋ ਦੇ ਸਿਰ ਦਾ ਸਾਈਂ ਸਿਰਫ ਚੰਨਣ ਹੈ। ਪੱਕੋ ਮੇਰੀ ਇਹ ਧੀਏ ਮੈਨੂੰ ਮਾਫ਼ ਕਰੀ, ਮੈਂ ਗਲਤ ਫੈਸਲੇ ਦੀ ਹਾਮੀ ਭਰ ਬੈਠਿਆ ਸੀ, ਪਰ ਹੁਣ ਮੈਂ ਹੋਣ ਨਹੀਂ ਦਿਆਂਗਾ, ਸ਼ਰੀਕਾ ਜੋ ਮਰਜ਼ੀ ਕਹੇ, ਅੱਜ ਮੈਨੂੰ ਸਿਰਫ ਆਪਣੀ ਧੀ ਦੀਆਂ ਖੁਸ਼ੀਆਂ ਚਾਹੀਦੀਆਂ ਨੇ। ਤੁਸੀਂ ਮੇਰਾ ਵਿਆਹ ਦੇਖਣ ਆਇਓ, ਮੇਰਾ ਜਲੂਸ ਦੇਖਣ ਆਇਓ, ਉਹ ਚੱਕ ਲੋ ਕੁੜੀ ਨੂੰ ਸਿੱਟੋ ਦਾਰੀ ਜੋਏ ਆ ਜਾਓ। ਆਪਨੇ ਰਿਆਸਤ ਧਰਮਪੁਰ ਦੇ ਮਹਾਰਾਜਾ ਦਿਆਲ ਸਿੰਘ ਜੀ। ਇਹ ਮੋਟਰਸਾਈਕਲ ਤੇਰਾ ਨੌਜਵਾਨ? ਹਾਂਜੀ ਜਨਾਬ, ਮੇਰਾ ਜੀ। ਸੱਚੋ ਸੱਚੀ ਦੱਸੋ, ਕੁਝ ਚੋਰੀ ਸੀ ਤਾਂ ਨਹੀਂ? ਬਸ ਆ ਵਰਦੀ ਚੋਰੀ ਦੀ, ਆ ਸਹੁਰੇ ਆਉਣਾ ਸੀ, ਕਈ ਦਿਨ ਲਈ ਵਰਦੀ ਪਾ ਕੇ ਚੰਗਾ ਥੋੜੀ ਲੱਗਦਾ ਸੀ। ਅਗਲਾ ਚੱਕਾ ਕਮਾਨੀ ਤੇ ਕਰਤਾ ਤੇ ਗੇਅਰ ਲੀਵਰ ਹੱਥ 'ਚ ਦੇ ਦਿੱਤਾ ਤੇ ਇੰਜਣ ਵੀ ਡੌਜ ਦਾ ਲਾਤਾ। ਬੜੀ ਕਮਾਲ ਦੀ ਚੀਜ਼ ਬਣਾਈ ਹੈ, ਪਿਛਲਾ ਚੱਕਾ ਜੀਪ ਦਾ ਤੇ ਸਲੈਂਸਰ ਟਰੈਕਟਰ ਦਾ ਲਾਤਾ। ਓ ਇਹਨਾਂ ਫਿਰ ਆਵਾਜ਼ ਸੁਣੀ ਹੋਈ ਮੇਰੇ ਜੀ, ਉਹ ਲੱਖਿਆ ਬੜੀ। ਹਾਂਜੀ ਮੇਰਾ ਸਾਡੂ ਹੈ ਜੀ, ਸਾਡੂ ਵੀ ਕਾਹਦਾ ਬਸ ਛੋਟਾ ਭਰਾ ਹੈ ਜੀ ਮੇਰਾ, ਤੇ
ਮਹਾਰਾਜ ਸਾਹਿਬ ਮੈਂ ਸਟੇਸ਼ਨ ਤੇ ਮਾਸਟਰ ਲੱਗਿਆ ਹੋਇਆ ਓ ਮੇਰਾ ਮਤਲਬ ਮੈਂ ਬਤੌਰ ਸਟੇਸ਼ਨ ਮਾਸਟਰ ਸੇਵਾ ਨਿਭਾ ਰਿਹਾ ਜੀ ਬਹੁਤ ਸੋਹਣਾ ਬਹੁਤ ਸੋਹਣਾ ਬਣਾਇਆ ਇਹ ਤਾਂ ਬਹੁਤ ਸੋਹਣਾ ਬਹੁਤ ਸੋਹਣੀ ਬਹੁਤ ਸੋਹਣੀ ਚੀਜ਼ ਬਣਾਈ ਹੈ ਸਾਨੂੰ ਤੇਰਾ ਕੰਮ ਬਹੁਤ ਪਸੰਦ ਆਇਆ ਨੌਜਵਾਨ ਅਸੀਂ ਚਾਹੁੰਦੇ ਹਾਂ ਕਿ ਤੂੰ ਸਾਡੀ ਰਿਆਸਤ ਵਿੱਚ ਆ ਕੇ ਇਹੋ ਜਿਹੇ 100 ਮੋਟਰਸਾਈਕਲ ਹੋਰ ਬਣਾਵੇਂ ਕੋਈ ਚੱਕਰ ਨਹੀਂ ਜੀ ਬਣਾ ਦਿਆਂਗੇ ਬਣਾਉ ਕਿਉਂ ਨਹੀਂ ਜੀ ਬੱਚਾ ਤੁਹਾਡਾ ਬਣਾਊਗਾ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਤੂੰ ਸਾਡੀਆਂ ਸ਼ਾਹੀ ਮੋਟਰਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੰਭਾਲੇ ਤੈਨੂੰ ਇਹ ਮਨਜ਼ੂਰ ਆ ਹਾਂਜੀ ਠੀਕ ਹੈ ਜਨਾਬ ਸ਼ਾਬਾਸ਼ ਦੱਸ ਕਿੰਨੀ ਨੌਕਰੀ ਲਏਗਾ ਸੰਮੀ ਭੈਣ ਰੇਸ਼ਮ ਪਾਇਆ ਜੀ ਦੀ ਤਨਖਾਹ ਕਿੰਨੀ ਆ ਮੈਂ ਆਪਣਾ 700 ਰੁਪਏ ਮਹੀਨਾ ਅਸੀਂ 600 ਲੈ ਲਾਂਗੇ ਜੀ ਸਾਡੀ ਰਿਆਸਤ ਤੈਨੂੰ ਪੂਰੇ 2000 ਮਹੀਨਾ ਦੇਵੇਗੀ ਤੇਰੀ ਨੌਕਰੀ ਅੱਜ ਤੋਂ ਹੀ ਸ਼ੁਰੂ ਹੁੰਦੀ ਆ ਤੁਹਾਡੀ ਗੱਲ ਸਿਰ ਮੱਥੇ ਜਨਾਬ ਪਰ ਮੈਂ ਜੇਲ੍ਹ ਚੋਂ ਭੱਜਿਆ ਹੋਇਆ ਮੁਜਰਮ ਹਾਂ ਜੀ ਮੈਨੂੰ ਨਾਭੇ 6 ਮਹੀਨਿਆਂ ਦੀ ਸਜ਼ਾ ਹੋਈ ਹੈ ਜੀ ਜੇਲ੍ਹ ਦਾ ਮਹਿਕਮਾ ਕਿਹੜਾ ਸਾਡੇ ਇਖਤਿਆਰ ਤੋਂ ਬਾਹਰ ਆ ਨਾਭੇ ਦੇ ਜੇਲਰ ਨੂੰ ਅੱਜ ਹੀ ਕਹਿ ਦਿੱਤਾ ਜਾਵੇਗਾ ਤੂੰ ਆਪਣੀ ਸਜ਼ਾ ਪੂਰੀ ਕਰ ਸਾਡੀ ਰਿਆਸਤ ਨੂੰ ਤੇਰਾ ਇੰਤਜ਼ਾਰ ਰਹੇਗਾ ਸਾਹਿਬ ਪਿਆਰ ਤਾਂ ਆਪਣਾ ਭਰਾਵਾਂ ਵਾਲੀ ਹੈ ਪਰ ਅੜੀ ਸਾਡੂ ਵਾਲੀ ਹੈ ਲੈ ਵੀ ਇਹ ਨਹੀਂ ਸੁਧਰ ਸਕਦਾ ਹੁਣ ਨਵਾਂ ਸਿਆਪਾ ਛੇੜ ਗਿਆ ਕਾਢਦੇ ਕੋਈ ਵੇਲੇ ਲਾਹੀ ਲਾਉਂਦਾ ਨੋਟ ਬੰਬੂ ਕਾਢਦੇ
बंबू कार्ड जिंदाबाद।